hazırı. Cancı da biçer. ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਚੱਜ ਦਾ ਵਿਚਾਰ ਦੇ ਵਿੱਚ ਅਸੀਂ ਦੋਵੇਂ ਜਣੇ ਹਾਜ਼ਰ ਹੋ ਗਏ ਆ ਮੈਂ ਹਾਂ ਹਰਮਨ ਤੇੰਦ ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੈਂ ਬਿਲਕੁਲ ਠੀਕ ਹਾਂ ਜੀ ਪਰ ਮੈਂ ਗੁਸਤਾਖੀ ਲਈ ਪਹਿਲਾਂ ਹੀ ਮਾਫੀ ਚਾਹੁੰਦਾ ਕਾਦੀ ਵੀ ਨਿੱਗਾ ਬਹੁਤ ਹੋਇਆ ਪਿਆ ਤੇ ਮੇਰਾ ਜੀ ਨਹੀਂ ਕੀਤਾ ਆ ਲਾਉਣ ਨੂੰ ਅੱਜ ਪਤਾ ਕੀ ਹੈ ਠੰਡ ਇੰਨੀ ਜ਼ਿਆਦਾ ਹੈ ਤਾਂ ਹੀ ਅਸੀਂ ਵੀ ਤੁਹਾਨੂੰ ਇੱਕ ਵਾਰ ਵੀ ਨਹੀਂ ਕਿਹਾ ਵੀ ਤੁਸੀਂ ਇਹਨੂੰ ਉਤਾਰ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਪਰ ਨਾ ਇਹਦੇ ਨਾਲ ਹੀ ਮੌਸਮ ਦੀ ਹਾਲ ਬਿਆਨੀ ਕਰ ਦਿੰਨਾ ਬਾਹਰ ਬੱਦਲਵਾਈ ਆ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ 30 ਤੇ 31 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬੱਦਲਵਾਈ ਇਸੇ ਕਰਕੇ ਅੱਜ ਸਵੇਰ ਤੋਂ ਹੀ ਆ ਤੇ ਗੜੇ ਪੈਣ ਦੀ ਸੰਭਾਵਨਾ ਵੀ ਕਈ ਖੇਤਰਾਂ ਦੇ ਵਿੱਚ ਹੈਗੀ ਆ ਠੰਡ ਕਾਫੀ ਉਤਰੇ ਆਈ ਆ ਰਾਤ ਦੇ ਵੇਲੇ ਤਾਂ ਹੁੰਦੀ ਆ ਜਦੋਂ ਧੁੱਪ ਨਹੀਂ ਨਿਕਲੀ ਦਿਨੇ ਵੀ ਵਾਵਾ ਅੱਜ ਤਾਂ ਬਹੁਤ ਜ਼ਿਆਦਾ ਠੰਡ ਹੈ ਤੁਸੀਂ ਹਿਸਾਬ ਲਾ ਲਓ ਵੀ ਹੱਥ ਪੈਰ ਜਿਹੜੇ ਉਹ ਸੁੰਨ ਹੁੰਦੇ ਪਏ ਨੇ ਬਾਹਰ ਜਿਹੜੀ ਹਵਾ ਹੈ ਉਹ ਵੀ ਕਾਫੀ ਠੰਡੀ ਚੱਲਦੀ ਪਈ ਹੈ ਨਾਲ ਨਾਲ ਬੱਦਲਵਾਈ ਵੀ ਹੋਈ ਹੋਈ ਹੈ ਜਿਹਦੇ ਕਰਕੇ ਹੁਣ ਦੁਬਾਰਾ ਤੋਂ ਐਂ ਲੱਗਣ ਲੱਗ ਗਿਆ ਵੀ ਫਿਰ ਤੋਂ ਜਿਹੜੇ ਉਹ ਗੜੇ ਵਾਲਾ ਮੌਸਮ ਹੈ ਗੜਿਆਂ ਵਾਲਾ ਉਹ ਫਿਰ ਤੋਂ ਆਏਗਾ ਪਰ ਇਹ ਅਸੀਂ ਚਾਹੁੰਦੇ ਨਹੀਂ ਕਿ ਹੁਣ ਦੁਬਾਰਾ ਗੜੇ ਪੈਣ ਕਿਉਂਕਿ ਕਿਸਾਨੀ ਦੇ ਨਾਲ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਬਿਲਕੁਲ ਜੀ ਤੇ ਮੈਨੂੰ ਸਾਰੇ ਸਾਥੀ ਕਹਿੰਦੇ ਵੀ ਆਹ ਲਾ ਦੇ ਇਹ ਨੀਲੇ ਰੰਗ ਦੀ ਹੈ ਤੇ ਮੈਂ ਆਖਿਆ ਵੀ ਕੋਈ ਗੱਲ ਨਹੀਂ ਭੈੜਾ ਹੀ ਲੱਗ ਜੂ ਨਾ ਵੱਧ ਤੋਂ ਵੱਧ ਹੋਰ ਕੀ ਹੋ ਜੂ ਨਿੱਗਾ ਤਾਂ ਹੈਗਾ ਹੀ ਆ ਨਾ ਉਹ ਹੈ ਹੀ ਹੁਣ ਮੇਰੇ ਕੋਲ ਨੀਲੇ ਰੰਗ ਦੀ ਮੈਂ ਕੀ ਕਰਾਂ ਬਿਲਕੁਲ ਸਹੀ ਗੱਲ ਹੈ ਤੁਸੀਂ ਇੱਕ ਚੀਜ਼ ਨਾ ਅੱਜ ਕੱਲ ਦੇਖ ਨਹੀਂ ਰਹੇ ਉਹਦੇ ਉੱਪਰ ਧਿਆਨ ਨਹੀਂ ਦੇ ਰਹੇ ਕਿਹੜੀ ਮੈਂ ਤੁਹਾਡੇ ਕੱਪੜਿਆਂ ਤੇ ਟਿੱਪਣੀਆਂ ਕਰਨੀਆਂ ਛੱਡ ਦਿੱਤੀਆਂ ਤੇ ਚੰਗੀ ਗੱਲ ਆ ਭਾਈ ਕਰਨੀਆਂ ਨਹੀਂ ਚਾਹੀਦੀਆਂ ਤੁਹਾਨੂੰ ਮੈਨੂੰ ਪੁੱਛਣਾ ਚਾਹੀਦਾ ਵੀ ਕਿਉਂ ਨਹੀਂ ਕਰ ਕਿਉਂ ਨਹੀਂ ਕਰ ਰਹੇ ਵੈਸੇ ਕਿਉਂਕਿ ਠੰਡ ਬਹੁਤ ਵੱਧ ਗਈ ਹੈ ਤੇ ਜਿਹੜੇ ਵਿਚਾਰ ਨੇ ਸੁੰਗੜੇ ਪਏ ਨੇ ਜੰਮੇ ਪਏ ਨੇ ਇਸ ਲਈ ਨਹੀਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੇ ਤੁਸੀਂ ਮੈਨੂੰ ਹਾਲੇ ਵੀ ਇਹ ਗੱਲ ਕਹੋ ਆਹ ਫੇਰ ਉਹੀ ਜੈਕਟ ਪਾ ਲਈ ਆਹ ਜੈਕਟ ਦੇ ਵਿੱਚ ਆਏ ਆ ਆਹ ਕੋਟ ਦੇ ਵਿੱਚ ਆਏ ਆ ਤਾਂ ਮੈਂ ਸੱਚੀ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਣਾ ਸੱਚੀ ਗੱਲ ਹੈ ਵੈਸੇ ਉਦਾਂ ਚੰਗੀ ਲੱਗ ਰਹੀ ਹੈ ਕੀ ਜੈਕਟ ਮੈਂ ਤੁਹਾਡਾ ਬੜਾ ਧੰਨਵਾਦੀ ਮੈਂ ਕੱਲ ਨੂੰ ਫੇਰ ਪਾ ਕੇ ਆ ਜੂ ਇੰਨੀ ਵੀ ਚੰਗੀ ਨਹੀਂ ਲੱਗ ਰਹੀ ਨਹੀਂ ਬੰਦਾ ਨਿੱਘਾ ਰਹਿਣਾ ਚਾਹੀਦਾ ਕਿਉਂਕਿ ਜੇ ਨਿੱਘਾ ਰਹੂਗਾ ਤਾਂ ਵਿਚਾਰ ਨਿੱਘੇ ਨਿੱਘੇ ਆਉਣਗੇ ਬਿਲਕੁਲ ਨਹੀਂ ਤਾਂ ਫਿਰ ਗੱਲ ਵੀ ਕਰਨ ਜੀ ਲਓ ਜੀ ਮੈਂ ਤੁਹਾਨੂੰ ਨਾ ਸ਼ੇਰ ਦੇ ਦੋ ਕਬੂਲ ਸੁਣਾਉਣਾ ਜ਼ਰੂਰ ਇਨਸਾਨ ਕੇ ਗਰੂਰ ਕੀ ਔਕਾਤ ਬਸ ਇਤਨੀ ਸੀ ਹੈ ਇਨਸਾਨ ਕੇ ਗਰੂਰ ਕੀ ਔਕਾਤ ਬਸ ਇਤਨੀ ਸੀ ਹੈ ਨਾ ਉਹ ਪਹਿਲੀ ਵਾਰ ਖੁਦ ਨਹਾ ਸਕਤਾ ਹੈ ਔਰ ਨਾ ਹੀ ਆਖਰੀ ਵਾਰ ਤੇ ਰੌਲਾ ਕਿਹੜੀ ਗੱਲ ਦਾ ਸੱਚੀ ਐਵੇਂ ਅਸੀਂ ਮਗਰੂਰੀ ਦੇ ਵਿੱਚ ਤੁਰੇ ਫਿਰਦੇ ਆ ਐਵੇਂ ਅਸੀਂ ਗਰੂਰ ਚ ਤੁਰੇ ਫਿਰਦੇ ਆ ਆਕੜ ਦੇ ਝੰਬੇ ਪਏ ਆ ਹਨਾ ਜੀ ਜਦੋਂ ਸਾਨੂੰ ਪਤਾ ਵੀ ਨਾ ਜਦੋਂ ਅਸੀਂ ਜੰਮੇ ਸੀ ਉਦੋਂ ਸਾਡੇ ਹੱਥ ਦੇ ਵਿੱਚ ਕੁਝ ਸੀ ਤੇ ਨਾ ਹੀ ਜਦੋਂ ਅਸੀਂ ਜਹਾਨੋਂ ਜਾਣਾ ਉਦੋਂ ਸਾਡੇ ਹੱਥ ਦੇ ਵਿੱਚ ਕੁਝ ਹੋਣਾ ਐਵੇਂ ਆਕੜਾ ਉਕੜਾ ਨੇ ਮਾਰੇ ਪਏ ਛੱਡ ਦਿਓ ਸਹੀ ਗੱਲ ਆ ਆਕੜ ਤਾਂ ਵੈਸੇ ਹੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਆਕੜ ਦੇ ਤਾਂ ਫਿਰ ਮੁਰਦੇ ਨੇ ਨਾ ਜ਼ਿੰਦਾ ਇਨਸਾਨ ਕਦੇ ਵੀ ਆਕੜ ਦਾ ਨਹੀਂ ਹੈਗਾ ਉਹ ਹਮੇਸ਼ਾ ਲਚਕਦਾਰ ਹੁੰਦਾ ਹੈਨਾ ਸੋ ਜਿਹੜਾ ਚਾਹੀਦਾ ਵਿਚਾਰ ਮੈਂ ਲੈ ਕੇ ਆਈ ਹਾਂ ਉਹਦੇ ਉੱਪਰ ਵੀ ਜ਼ਰੂਰ ਧਿਆਨ ਦੇਈਏ ਕਹਿੰਦੇ ਕਿ ਗਲਤੀ ਤੇ ਗੁਨਾਹ ਜਿੰਨੀ ਜਲਦੀ ਛੱਡ ਦਿਓ ਓਨੀ ਚੰਗੀ ਹੁੰਦੀ ਹੈ ਬਿਲਕੁਲ ਸਹੀ ਗੱਲ ਕਿਉਂਕਿ ਸਫ਼ਰ ਜਿੰਨਾ ਲੰਮਾ ਹੋਏਗਾ ਵਾਪਸੀ ਓਨੀ ਦੇਰੀ ਬਹੁਤ ਸੋਹਣੀ ਗੱਲ ਹੈ ਗਲਤੀ ਤੇ ਗੁਨਾਹ ਜਦੋਂ ਵੀ ਤੁਹਾਨੂੰ ਅਹਿਸਾਸ ਹੋ ਜੇ ਕਿ ਮੈਂ ਗਲਤ ਕੁਝ ਕੀਤਾ ਮੇਰੇ ਕੋਲੋਂ ਗੁਨਾਹ ਹੋ ਗਿਆ ਨਾਲ ਦੀ ਨਾਲ ਹੀ ਲਚਕਤਾ ਦਾ ਸਬੂਤ ਦਿਓ ਤੁਸੀਂ ਮਾਫੀ ਮੰਗ ਲਓ ਹੱਥ ਜੋੜ ਲਓ ਕੋਈ ਫਰਕ ਨਹੀਂ ਪੈਂਦਾ ਪਰ ਜੇ ਅਸੀਂ ਐਵੇਂ ਆਕੜੇ ਫਿਰ ਗਏ ਬਈ ਕੋਈ ਗੱਲ ਨਹੀਂ ਜੀ ਮੈਂ ਤਾਂ ਐਂ ਹੀ ਕਰਦਾ ਹੁੰਦਾ ਫਿਰ ਰੋਕ ਲਓ ਮੈਨੂੰ ਇਹ ਤਾਂ ਮੇਰੀ ਮਰਜ਼ੀ ਤੇ ਫਿਰ ਨਾ ਸਾਡੀ ਘਰ ਵਾਪਸੀ ਔਖੀ ਹੋ ਜਾਂਦੀ ਹੈ ਕਿਉਂਕਿ ਜਿੰਨਾ ਪਿੰਡਾ ਲੰਮਾ ਹੋਊਗਾ ਤੇ ਫਿਰ ਓਨਾ ਹੀ ਆਉਣ ਵੇਲੇ ਥੋੜੀ ਜੀ ਅਖਿਆਈ ਹੋਊਗੀ ਕਹਿੰਦੇ ਵੀ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਨਾ ਇੱਕ ਵਾਰੀ ਫੈਸਲਾ ਕਰ ਲਿਆ ਵੀ ਹੁਣ ਆਪਾਂ ਦਾਰੂ ਨਹੀਂ ਪੀਆ ਕਰਨੀ ਬਾਹਲੀ ਦਾਰੂ ਪੀਂਦੇ ਸੀਗੇ ਸੀ ਵੀ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਉਹ ਬੈਠ ਕੇ ਨਾ ਬਸ ਦਾਰੂ ਇੰਨੀ ਪੀਆ ਕਰਨ ਵੀ ਪੰਜਾਬ ਦੇ ਵਿੱਚੋਂ ਪੀ ਪੀ ਕੇ ਮੁਕਾ ਦੇਣੀ ਆ ਆਪਾਂ ਇੱਕ ਦਿਨ ਤਿੰਨਾਂ ਚਾਰਾਂ ਨੇ ਫੈਸਲਾ ਕੀਤਾ ਵੀ ਯਾਰ ਆਪਾਂ ਸੈਰ ਕਰਿਆ ਕਰੀਏ ਆਪਣੀ ਸਿਹਤ ਖਰਾਬ ਹੋ ਜਾਣੀ ਹੈ ਆਪਣੇ ਗੁਰਦੇ ਨੇ ਜਵਾਬ ਦੇ ਜਾਣਾ ਉਹਨਾਂ ਨੇ ਜੀ ਸਵੇਰੇ 6 ਵਜੇ ਦਾ ਸਮਾਂ ਫਿਕਸ ਕਰ ਲਿਆ ਤੈਅ ਕਰ ਲਿਆ ਨਿਕਲ ਗਏ ਜੀ ਸੈਰ ਤੇ 8-9 ਕਿਲੋਮੀਟਰ ਤੁਰੀ ਗਏ ਤੁਰੀ ਗਏ ਤੁਰੀ ਗਏ ਅੱਛਾ ਇਹ ਭੁੱਲ ਗਏ ਵੀ ਪੈਂਡਾ ਵਾਪਸ ਵੀ ਤੈਅ ਕਰਨਾ ਆਉਂਦੇ ਹੋਏ ਰਿਕਸ਼ੇ ਤੇ ਆਏ ਇਸ ਕਰਕੇ ਭਾਈ ਜਿਹੜਾ ਨਾ ਗਲਤੀ ਤੇ ਗੁਨਾਹ ਉਹਨੂੰ ਤੁਸੀਂ ਬਾਹਲਾ ਲੰਮਾ ਪੈਂਡਾ ਤਾਂ ਇਹ ਨਾ ਹੋਣ ਦਿਓ ਵਾਕਈ ਕਿਉਂਕਿ ਵਾਪਸੀ ਵੀ ਓਨੇ ਹੀ ਕਿਲੋਮੀਟਰਾਂ ਦੀ ਕਰਨੀ ਪੈਂਦੀ ਹੈ ਤੇ ਫਿਰ ਇਧਰ ਰਿਕਸ਼ਾ ਵੀ ਨਹੀਂ ਮਿਲਦਾ ਸਹੀ ਗੱਲ ਹੈ ਹਰਮਨ ਜੀ ਕੁਝ ਕੁ ਸਮਾਂ ਪਹਿਲਾਂ ਨਾ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੀ ਲੜਾਈ ਦੀ ਵੀਡੀਓ ਬੜੀ ਮਸ਼ਹੂਰ ਹੋਈ ਸੀ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਛਿੜੀ ਸੀ ਵੀ ਕੁਝ ਇੱਕ ਨੌਜਵਾਨ ਜਿਹੜੇ ਹੋਛੇ ਆ ਜਿਹੜੇ ਕਦਰਾਂ ਕੀਮਤਾਂ ਨੂੰ ਵਿਸਾਰ ਚੁੱਕੇ ਆ ਜਿਹੜੇ ਵਿਗੜੈਲ ਲੋਕ ਆ ਉਹਨਾਂ ਦੇ ਵੱਲੋਂ ਇਹੋ ਜਿਹੀਆਂ ਹਰਕਤਾਂ ਇਹੋ ਜਿਹੀਆਂ ਕਰਤੂਤਾਂ ਕੀਤੀਆਂ ਜਾਂਦੀਆਂ ਵੀ ਸਾਰੇ ਹੀ ਵਿਦਿਆਰਥੀ ਵਰਗ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਜੀ ਔਰ ਇਹਦੇ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਜ਼ਰੂਰ ਇੱਥੇ ਕਹਿਣਾ ਚਾਹੁੰਦੀ ਹਾਂ ਉਹ ਇਹ ਹੈ
ਕਿ ਅਸੀਂ ਜੋ ਵੀ ਇੱਥੇ ਗੱਲ ਕਰ ਰਹੇ ਹਾਂ, ਚਾਹੇ ਉਹ ਵਿਦਿਆਰਥੀਆਂ ਨੂੰ ਲੈ ਕੇ ਕਰ ਰਹੇ ਹਾਂ ਜਾਂ ਜੋ ਮਾਹੌਲ ਖਰਾਬ ਹੋ ਰਿਹਾ ਉਹਨੂੰ ਲੈ ਕੇ ਗੱਲ ਕਰ ਰਹੇ ਹਾਂ, ਇਹਦੇ 'ਚ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਹੈ ਨਾ, ਮੈਂ ਕਹੀਏ ਇਕੱਲੀ ਆਪਣੀ ਨਹੀਂ ਗੱਲ ਕਰਦੀ, ਵੈਸੇ ਵੀ ਜਦੋਂ ਇਹ ਚਰਚਾ ਛਿੜੀ ਸੀ ਕਿ ਨੌਜਵਾਨ ਜਿਹੜੇ ਮੁੰਡੇ ਨੇ ਉਹਨਾਂ ਨੇ ਜੋ ਹਾਲ ਕੀਤਾ ਸੀ, ਉਸ ਤੋਂ ਬਾਅਦ 'ਚ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਇਹੋ ਜਿਹੀਆਂ ਆਉਣ ਲੱਗ ਗਈਆਂ ਜਿਹਦੇ ਵਿੱਚ ਬਜ਼ੁਰਗਾਂ ਦੀਆਂ ਲੜਾਈਆਂ ਦੀਆਂ ਉਹਨਾਂ ਨੇ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਅਤੇ ਕਹਿਣ ਲੱਗ ਗਏ ਕਿ ਆਹ ਕੋਈ ਵਿਦਿਆਰਥੀ ਨੇ, ਇਹਨਾਂ ਨੂੰ ਵੀ ਕੁਛ ਕਹੋ, ਹੈ ਨਾ। ਗੱਲ ਇਹ ਹੈ ਜੋ ਗਲਤ ਹੈ ਉਹ ਗਲਤ ਹੀ ਹੈ, ਚਾਹੇ ਉਹ ਕੋਈ ਬਜ਼ੁਰਗ ਕਰਦਾ ਹੈ ਅਤੇ ਚਾਹੇ ਉਹ ਕੋਈ ਨੌਜਵਾਨ ਕਰਦਾ ਹੈ। ਇਹ ਗੱਲ ਸੱਚੀ ਹੈ ਵੀ ਵਿਦਿਆਰਥੀ ਵਰਗ ਦੇ ਕੁਝ ਕੁ ਹਿੱਸੇ ਨੇ ਜੀ ਸਾਰਿਆਂ ਨੂੰ ਦਾਗਦਾਰ ਕੀਤਾ, ਪਰ ਇਹ ਵੀ ਗੱਲ ਸੱਚੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਹੈ ਜਿਹੜੇ ਉਹਨਾਂ ਦੇ ਵੱਲੋਂ ਮਿਹਨਤ ਕਰਕੇ, ਪੜ੍ਹਾਈ ਕਰਕੇ, ਉੱਥੇ ਰੁਜ਼ਗਾਰ ਹਾਸਲ ਕਰਕੇ, ਦਿਨ ਰਾਤ ਸ਼ਿਫਟਾਂ ਲਾ ਲਾ ਕੇ ਆਪਣੇ ਘਰ ਦੀ ਗਰੀਬੀ ਨੂੰ ਵੀ ਬਾਹਰ ਕੱਢਿਆ ਗਿਆ, ਆਪਣੇ ਭਵਿੱਖ ਨੂੰ ਵੀ ਚਮਕਦਾਰ ਕੀਤਾ ਗਿਆ, ਆਪਣੇ ਪਿੰਡ ਦੇ ਲਈ ਵੀ ਬਹੁਤ ਕੁਝ ਕੀਤਾ ਗਿਆ, ਆਪਣੇ ਮਾਪਿਆਂ ਲਈ, ਸਕੇ ਸੰਬੰਧੀਆਂ ਲਈ, ਦੋਸਤਾਂ ਮਿੱਤਰਾਂ ਦੇ ਲਈ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਪਰ ਨਾ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਆ, ਇਸ ਵੀਡੀਓ ਤੋਂ ਬਾਅਦ ਮੇਰੇ ਮਨ ਦੇ ਵਿੱਚ ਕਈ ਬਲਬਲੇ ਫੇਰ ਆਏ ਆ। ਪਹਿਲਾਂ ਨਾ ਆਪਾਂ ਉਸ ਵੀਡੀਓ ਦਾ ਇੱਕ ਅੰਸ਼ ਦੇਖਦੇ ਹਾਂ ਅਤੇ ਬਾਅਦ ਵਿੱਚ ਟਿੱਪਣੀ ਕਰਦੇ ਹਾਂ। ਹਰਮਨ ਜੀ, ਇਸ ਵੀਡੀਓ ਨੂੰ ਦੇਖ ਕੇ ਨਾ ਮੈਂ ਅੰਦਰੋਂ ਸੱਚੀ ਮੁੱਚੀ ਪਸੀਜਿਆ ਜੇ ਗਿਆ। ਉਹਦੇ ਪਿੱਛੇ ਕਾਰਨ ਇਹ ਹੈ ਵੀ ਜਿਵੇਂ ਇਹ ਮੁੰਡੇ ਇੱਕ ਬੇਸਮੈਂਟ ਦੇ ਵਿੱਚ ਬੈਠੇ ਆ, ਜਿਸ ਤਰੀਕੇ ਦੇ ਨਾਲ ਬੋਤਲਾਂ ਭੰਨ ਰਿਹਾ ਇੱਕ ਜਣਾ ਖੜਾ ਹੋ ਕੇ, ਜਿਸ ਤਰੀਕੇ ਦੇ ਨਾਲ ਦਾਰੂ ਦੇ ਵਿੱਚ ਇਹ ਟੁੰਨ ਆ, ਜਿਸ ਤਰੀਕੇ ਨਾਲ ਮਸਤੀ ਮਾਰ ਰਹੇ ਆ, ਹੈ ਤਾਂ ਇਹਨਾਂ ਦੀ ਨਿੱਜੀ ਜ਼ਿੰਦਗੀ ਜੋ ਮਰਜ਼ੀ ਕਰਨ, ਪਰ ਜਦੋਂ ਇਹੋ ਜਿਹੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਉਦੋਂ ਫਿਰ ਉੱਥੇ ਗੱਲ ਆ ਕੇ ਖੜ ਜਾਂਦੀ ਆ ਵੀ ਸਾਰੇ ਵਿਦਿਆਰਥੀਆਂ ਦੇ ਉੱਤੇ ਸਵਾਲ ਖੜਾ ਹੋ ਜਾਂਦਾ। ਅਸੀਂ ਇਹ ਨਹੀਂ ਕਹਿੰਦੇ ਵੀ ਕੁਝ ਇੱਕ ਵਿਦਿਆਰਥੀ ਇੱਦਾਂ ਹਨ। ਫਿਰ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲਦੀ ਆ ਕਿ ਕੈਨੇਡਾ, ਅਮਰੀਕਾ ਜਾਂ ਬਾਕੀ ਵੱਖ ਵੱਖ ਥਾਵਾਂ ਦੇ ਉੱਤੇ ਪੜ੍ਹਨ ਜਾਂਦੇ ਵਿਦਿਆਰਥੀ ਇੱਦਾਂ ਹਨ, ਕੁਝ ਇੱਕ ਸ਼ਬਦ ਨਾਲੋਂ ਲੈ ਜਾਂਦਾ, ਜਦਕਿ ਇਹ ਸ਼ਬਦ ਨਾਲ ਜ਼ਰੂਰ ਜੋੜਨਾ ਚਾਹੀਦਾ। ਹੁਣ ਦੇਖੋ, ਇਹਨਾਂ ਦੇ ਮਾਪਿਆਂ ਨੇ ਪਤਾ ਨਹੀਂ ਕਰਜ਼ਾ ਚੱਕ ਕੇ ਇਹਨਾਂ ਨੂੰ ਬਾਹਰ ਭੇਜਿਆ ਹੋਣਾ, ਪਤਾ ਨਹੀਂ ਇਹਨਾਂ ਦੇ ਮਾਪਿਆਂ ਨੇ ਜ਼ਮੀਨਾਂ ਗਹਿਣੇ ਕਰਕੇ ਜਾਂ ਜ਼ਮੀਨਾਂ ਵੇਚ ਕੇ ਬਾਹਰ ਭੇਜਿਆ ਹੋਣਾ, ਇਸ ਗੱਲ ਦੇ ਲਈ ਤਾਂ ਨਹੀਂ ਭੇਜਿਆ ਹੋਣਾ ਜਿਹੜਾ ਕੁਝ ਇਹ ਕਰ ਰਹੇ ਆ। ਦੇਖੋ, ਗੱਲ ਇਹ ਹੈ ਵੀ ਮੈਨੂੰ ਤਾਂ ਤਰਸ ਆਉਂਦਾ ਹੈ, ਇਹੋ ਜਿਹੀਆਂ ਵੀਡੀਓਜ਼ ਵੇਖ ਕੇ ਤਰਸ ਆਉਂਦਾ ਹੈ ਕਿ ਸਾਡੀ ਮਾਨਸਿਕਤਾ ਕਿੱਥੋਂ ਤੱਕ ਜਾ ਪਹੁੰਚੀ, ਸਾਨੂੰ ਪਤਾ ਹੀ ਨਹੀਂ ਅਸੀਂ ਕਰੀ ਕੀ ਜਾਂਦੇ ਹਾਂ, ਅਸੀਂ ਕਿਹੜੇ ਕੰਮਾਂ ਦੇ ਲਈ। ਹਰੇਕ ਬੱਚਾ ਜਿਹੜਾ ਹੈ ਅੱਜ ਦੇ ਸਮੇਂ ਦੇ ਵਿੱਚ, ਤੁਸੀਂ ਬਾਹਰ ਨਿਕਲ ਕੇ ਉਹਨੂੰ ਪੁੱਛ ਲਓ ਵੀ ਬਾਹਰ ਕੀ ਕਰਨ ਜਾਣਾ ਹੈ, ਤਾਂ ਸਭ ਤੋਂ ਪਹਿਲੀ ਇਹੀ ਗੱਲ ਕਹਿੰਦਾ ਵੀ ਮੈਂ ਜ਼ਿੰਦਗੀ ਬਣਾਉਣ ਜਾਣਾ, ਮੈਂ ਇੱਥੇ ਮੁੱਲ ਨਹੀਂ ਹੈਗਾ ਕਿਸੇ ਚੀਜ਼ ਦਾ, ਮੈਂ ਉੱਥੇ ਆਪਣੀ ਪੜ੍ਹਾਈ ਦਾ, ਆਪਣੇ ਕੰਮ ਦਾ ਮੁੱਲ ਪਾਉਣ ਜਾਣਾ ਚਾਹੁੰਦਾ, ਹੈ ਨਾ। ਅਤੇ ਇੱਦਾਂ ਕਰਨਾ ਵੀ ਚਾਹੀਦਾ, ਕਿਉਂਕਿ ਇਹ ਚਾਹੇ ਤੁਸੀਂ ਲਾਲਚ ਸਮਝ ਲਓ, ਚਾਹੇ ਮਿਹਨਤ ਦਾ ਫਲ ਸਮਝ ਲਓ, ਕਿ ਜਦੋਂ ਕਿਸੇ ਨੂੰ ਇੱਕ ਦੇ ਇੱਧਰ 50 ਮਿਲਦੇ ਨੇ, ਹੈ ਨਾ, ਵੀ ਉੱਧਰੋਂ ਕਮਾਇਆ ਹੋਇਆ ਇੱਕ ਇੱਧਰ ਆ ਕੇ 50 ਚ ਰਲ ਜਾਂਦਾ, ਤੇ ਬੰਦੇ ਦੀ ਕਈ ਤਰ੍ਹਾਂ ਦੇ ਕਹਿ ਲਓ ਵੀ ਗਰੀਬੀ ਜਿਹੜੀ ਹੈ, ਕਈ ਤੋਟ ਜਿਹੜੀ ਆ ਜਾਂਦੀ ਹੈ, ਉਹ ਹੱਲ ਹੋ ਜਾਂਦੇ, ਹੈ ਨਾ। ਤਾਂ ਫਿਰ ਆਪਾਂ ਜਿਹੜੇ ਕੰਮ ਲੈ ਗਏ ਆਪਾਂ ਉਸ ਕੰਮ ਵੱਲ ਧਿਆਨ ਦੇ। ਬਿਲਕੁਲ, ਫਿਰ ਅਸੀਂ ਕਹਿੰਦੇ ਵੀ ਸਾਨੂੰ ਬੇਸਮੈਂਟਾਂ ਨਹੀਂ ਮਿਲਦੀਆਂ ਜੀ। ਹੁਣ ਜਿਹੜੇ ਵੀ ਵਿਅਕਤੀ ਨੇ, ਜਿਹੜੇ ਵੀ ਸੱਜਣ ਨੇ, ਮਾਲਕ ਨੇ ਇਹ ਬੇਸਮੈਂਟ ਦਿੱਤੀ, ਉਹਨੇ ਇਸ ਕਰਕੇ ਤਾਂ ਦਿੱਤੀ ਨਹੀਂ ਵੀ ਤੁਸੀਂ ਫਰਸ਼ ਦੇ ਉੱਤੇ ਬੋਤਲਾਂ ਮਾਰੀ ਜਾਓ, ਤੁਸੀਂ ਉਜੱਡਤਾ ਖਿਲਾਰੋ। ਹੁਣ ਕਈ ਸੱਜਣ ਇਹ ਵੀ ਗੱਲ ਕਹਿ ਸਕਦੇ ਆ ਵੀ ਚਲੋ ਕੋਈ ਗੱਲ ਨਹੀਂ, ਛੋਟੀ ਉਮਰ ਦੇ ਆ, ਹੋ ਸਕਦਾ ਇਹਨਾਂ ਨੇ ਪਹਿਲੀ ਵਾਰ ਪੀਤੀ ਹੋਵੇ, ਨਿੱਕੀ ਨਿੱਕੀ ਗੱਲ ਦੇ ਤੁਸੀਂ ਉੱਤੇ ਮੁੱਦੇ ਕਿਉਂ ਖੜੇ ਕਰਦੇ ਆ। ਪਰ ਜਿਹੜੇ ਇਸ ਛੋਟੀ ਉਮਰ ਦੇ ਵਿੱਚ ਇਹ ਹਰਕਤਾਂ ਕਰਦੇ ਆ, ਵੱਡੇ ਹੋ ਕੇ ਉਹਨਾਂ ਨੇ ਕੀ ਚੰਦ ਚਾੜਨੇ ਅੰਦਾਜ਼ਾ ਲੱਗ ਜਾਂਦਾ। ਸਭ ਤੋਂ ਵੱਧ ਦੁੱਖ ਉਦੋਂ ਹੁੰਦਾ ਜਦੋਂ ਇਹਨਾਂ ਵੀਡੀਓਜ਼ ਦੇ ਥੱਲੇ ਕਮੈਂਟ ਦੇ ਰੂਪ ਦੇ ਵਿੱਚ ਇਹ ਲਿਖਿਆ ਜਾਂਦਾ ਕਿ ਇਦਾਂ ਦਿਆਂ ਨੂੰ ਵੀਜ਼ਾ ਹੀ ਕਿਉਂ ਮਿਲਦਾ, ਇਦਾਂ ਦਿਆਂ ਨੂੰ ਚੱਕ ਕੇ ਬਾਹਰ ਮਾਰੋ। ਅਸੀਂ ਇਹ ਸ਼ਬਦ ਜਿਹੜੇ ਨੇ, ਪਤਾ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਵੀ ਸਾਰਿਆਂ ਦੀ ਮਾਨਸਿਕਤਾ 'ਤੇ ਅਸਰ ਹੁੰਦਾ ਹੋਏਗਾ ਜਾਂ ਨਹੀਂ, ਪਰ ਇਹ ਹੋਣਾ ਚਾਹੀਦਾ, ਕਿਉਂਕਿ ਇਦਾਂ ਦੀਆਂ ਹਰਕਤਾਂ ਦਾ ਕਰਕੇ ਜਿਹੜੇ ਬੱਚੇ ਵਿਚਾਰੇ ਆਪਣਾ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਨੇ। ਸਿਆਣੇ ਕਹਿੰਦੇ ਆ ਨਾ ਕਿ ਭੁੱਖੇ ਜੱਟ ਕਟੋਰਾ ਲੱਭਾ ਪਾਣੀ ਪੀ ਆਫਰਿਆ। ਇਹ ਜਿਹੜੇ ਵੀਡੀਓ ਦੇ ਵਿੱਚ ਆਪਾਂ ਦੇਖੇ ਨਾ, ਇਹ ਭੁੱਖੇ ਜੱਟ ਕਟੋਰਾ ਲੱਭਾ ਵਾਲੀ ਗੱਲ ਹੀ ਆ। ਇਸ ਕਰਕੇ ਜਿਹੜੇ ਵੀ ਨੌਜਵਾਨ ਮੁੰਡੇ ਕੁੜੀਆਂ ਪੜ੍ਹਾਈ ਦੇ ਨਾਂ ਦੇ ਉੱਤੇ ਬਾਹਰ ਗਏ ਆ, ਜਿਨ੍ਹਾਂ ਦੇ ਵੱਲੋਂ ਵੱਖ ਵੱਖ ਡਿਗਰੀਆਂ ਕੀਤੀਆਂ ਗਈਆਂ, ਜਿਹੜੇ ਵੱਖ ਵੱਖ ਕਾਲਜਾਂ ਦੇ ਵਿੱਚ ਜਾਂਦੇ ਆ, ਬੜੀ ਮਿਹਨਤ ਕਰਦੇ ਆ, ਦਿਨ ਰਾਤ ਸ਼ਿਫਟਾਂ ਲਾਉਂਦੇ ਆ, ਆਪਣੇ ਮਾਪਿਆਂ ਦਾ ਨਾਂ ਰੁਸ਼ਨਾਉਂਦੇ ਆ, ਘਰ ਦੀ ਗਰੀਬੀ ਨੂੰ ਕੱਢ ਦਿੰਦੇ ਆ, ਉਹਨਾਂ ਸਾਰਿਆਂ ਨੂੰ ਸਲਾਮ ਕਰਨੀ ਬਣਦੀ ਆ, ਪਰ ਜਿਹੜੇ ਇਹੋ ਜਿਹੇ ਉਜੱਡ ਆ, ਇਹਨਾਂ ਨੂੰ ਲਾਹਨਤਾਂ ਪਾਉਣੀਆਂ ਬਣਦੀਆਂ। ਜੱਜ ਦਾ ਵਿਚਾਰ। ਹਰਮਨ ਜੀ, ਜੇ ਤੁਸੀਂ ਪਟਿਆਲੇ ਰਹਿੰਦੇ ਹੁੰਦੇ ਨਾ, ਤੁਹਾਨੂੰ ਮੌਜ ਲੱਗ ਜਾਣੀ ਸੀ। ਮੈਂ ਤਾਂ ਬੜਾ ਹੀ ਆਪਣੇ ਆਪ ਦੇ ਵਿੱਚ ਅਫਸੋਸ ਮਹਿਸੂਸ ਕੀਤਾ ਕਿ ਕਾਸ਼ ਕਿਤੇ ਮੈਂ ਪਟਿਆਲੇ ਰਹਿੰਦੀ। ਤੁਸੀਂ ਚੌਥੇ ਦਿਨ ਕਹਿ ਦਿੰਦੇ ਆ ਮੈਨੂੰ ਮੋਬਾਈਲ ਚਾਹੀਦਾ ਨਵਾਂ, ਮੈਂ ਮੋਬਾਈਲ ਨਵਾਂ ਲੈਣਾ, ਮੈਂ ਕਿਸ਼ਤਾਂ ਦੇ ਉੱਤੇ ਲੈ ਲੈਣਾ, ਮੈਂ ਆਈਫੋਨ ਲੈਣਾ, ਮੇਰਾ ਦਿਲ ਕਰ ਜੁੱਠੇ ਸੇਬ ਵਾਲਾ ਫੋਨ ਲਵਾਂ ਮੈਂ। ਹਾਂ, ਐਪਲ ਦਾ ਜੀ ਜੀ, ਬੜਾ ਦਿਲ ਕਰ ਰਿਹਾ ਅੱਜ ਕੱਲ ਤਾਂ ਵੈਸੇ। ਵਾਹ, ਨਹੀਂ ਜੁੱਠੇ ਸੇਬ ਵਾਲਾ ਕਾਤੋਂ? ਉਹ ਪਿੱਛੇ ਜੁੱਠਾ ਹੁੰਦਾ ਨਾ ਸੇਬ, ਟੁੱਕਿਆ ਜੇ ਪਿਆ ਹੁੰਦਾ। ਵਾਹ,
ਇਹਨਾਂ ਨੇ ਇੱਕ ਨਵਾਂ ਸ਼ਬਦ ਲੱਭਿਆ ਭਾਈ, ਜੂਠੇ ਸੇਬ ਵਾਲਾ ਫੋਨ ਲੈਣਾ। ਚਲੋ ਕੋਈ ਵੀ ਲਓ, ਪਰ ਜੇ ਤੁਸੀਂ ਪਟਿਆਲੇ ਦੇ ਵਿੱਚ ਰਹਿੰਦੇ ਨਾ ਸ਼ਾਇਦ ਤੁਹਾਨੂੰ ਪੈਸਾ ਖਰਚਣਾ ਨਾ ਪੈਂਦਾ, ਕਿਉਂਕਿ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਦੇ ਵਿੱਚ ਮੋਬਾਈਲ ਵੰਡਤੇ ਆ। ਸੱਚੀ ਕਹਿੰਦੇ ਲੋਕਾਂ ਨੇ ਵੀ ਕਿਤੇ ਮੋਬਾਈਲ ਲਏ ਉਹਨਾਂ ਤੋਂ, ਆਲੇ ਦੁਆਲੇ ਇਕੱਠ ਹੀ ਇਕੱਠ, ਹਨਾ। ਤੇ ਉਹਨਾਂ ਨੇ ਜਦੋਂ ਮੋਬਾਈਲ ਵੰਡੇ ਲੋਕਾਂ ਦੇ ਵਿੱਚ, ਇੰਨਾ ਖੁਸ਼ੀ ਦੀ ਲਹਿਰ, ਲੋਕੀ ਕਹਿੰਦੇ ਵੀ ਇਸ ਤੋਂ ਚੰਗੀ ਸਰਕਾਰ ਤਾਂ ਕਦੇ ਵੀ ਨਹੀਂ ਬਣੀ। ਕੈਪਟਨ ਸਾਹਿਬ ਨੇ ਉੱਥੇ ਹੱਟੀ ਖੋਲ ਲਈ, ਪਤਾ ਲੱਗਾ ਉੱਤੇ ਲਿਖਿਆ ਹੋਇਆ ਕੈਪਟਨ ਦੀ ਮੋਬਾਈਲਾਂ ਦੀ ਹੱਟੀ। ਵਾਹ, ਮੈਂ ਕਿਹਾ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਂ ਵੈਸੇ ਹੀ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ ਗੇ, ਅੱਜ ਇਹ ਬਹਿ ਕੇ ਇਸ ਹੱਟੀ ਦੇ ਉੱਤੇ ਮੋਬਾਈਲ ਵੰਡੀ ਜਾਂਦੇ, ਉਹ ਵੀ ਮੁਫਤ ਦੇ ਵਿੱਚ। ਮਹਾਰਾਜ ਸੁੱਖ ਹੀ ਰੱਖੇ। ਲਓ ਜੀ, ਅਸਲ ਦੇ ਵਿੱਚ ਗੱਲ ਇਹ ਸੀਗੀ ਵੀ ਬਿਕਰਮ ਸਿੰਘ ਮਜੀਠੀਆ ਗਏ ਕੈਪਟਨ ਸਾਹਿਬ ਦੇ ਗੜ੍ਹ ਦੇ ਵਿੱਚ ਪਟਿਆਲੇ, ਨਾਲ ਉਹਨਾਂ ਦੇ ਪੂਰਾ ਲਾਮ ਲਸ਼ਕਰ। ਉਹ ਗਏ ਸੀ ਉੱਥੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਗਿਣਾਉਣ ਦੇ ਲਈ, ਵੀ ਦੋ ਵਰਿਆਂ 'ਚ ਇਹਨਾਂ ਨੇ ਕੱਖ ਨਹੀਂ ਕੀਤਾ। ਨਾਲ ਇੱਕ ਹੂਬ ਹੂ ਬੰਦਾ ਸੀਗਾ ਕੈਪਟਨ ਅਮਰਿੰਦਰ ਸਿੰਘ ਵਰਗਾ, ਬਿਲਕੁਲ ਉਹਦੀ ਉਵੇਂ ਦਾੜੀ ਬੰਨੀ, ਬਿਲਕੁਲ ਉਹਦੇ ਉਵੇਂ ਚੂੜੀਦਾਰ ਪਜਾਮੀ ਪਾਈ, ਉਵੇਂ ਉਹਦੇ ਜੈਕਟ ਪਾਈ, ਉਵੇਂ ਉਹਦੀ ਪੱਗ, ਉਵੇਂ ਉਹਦਾ ਸਰੀਰ, ਉਵੇਂ ਉਹਦੀ ਚਾਲ ਢਾਲ, ਉਸੇ ਤਰੀਕੇ ਨਾਲ ਬੋਲਣ ਦਾ ਅੰਦਾਜ਼। ਇਸ ਤਰੀਕੇ ਨਾਲ ਨਹੀਂ ਹੋ ਸਕਦਾ, ਅਸੀਂ ਸਾਰਿਆਂ ਨੂੰ ਮੋਬਾਈਲ ਵੰਡਾਂਗੇ। ਉਹ ਐਦਾਂ ਬੋਲਦਾ ਸੀ। ਉਹਨਾਂ ਨੇ ਫਿਰ ਇਸੇ ਅੰਦਾਜ਼ ਦੇ ਵਿੱਚ ਸਾਰਾ ਕੁਝ ਕੀਤਾ, ਉੱਥੇ ਖੋਲੀ ਹੱਟੀ ਤੇ ਕੈਪਟਨ ਸਾਹਿਬ ਨੇ ਉੱਥੇ ਲੋਕਾਂ ਨੂੰ ਜਿਹੜੇ ਆਏ ਸੀਗੇ ਨਕਲੀ ਮੋਬਾਈਲ, ਖਿਡੌਣਾ ਮੋਬਾਈਲ ਵੰਡੇ ਆ, ਤੇ ਇਹ ਪਿੱਛੇ ਲਿਖਿਆ ਸੀਗਾ ਵੀ ਕੋਈ ਇਹਨਾਂ ਨੇ ਵਾਅਦਾ ਪੂਰਾ ਨਹੀਂ ਕੀਤਾ, ਜੇ ਅਸਲੀ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਆ ਕੇ ਅਸਲੀ ਮੋਬਾਈਲ ਵੰਡ ਦੇਣ ਤਾਂ ਉਹਦੇ ਵਰਗੀ ਉਹਨਾਂ ਨੇ ਕਿਹਾ ਰੀਸ ਕੋਈ ਨਹੀਂ, ਪਰ ਉਹ ਤਾਂ ਆਉਂਦੇ ਨਹੀਂ, ਅਸੀਂ ਨਕਲੀ ਲਿਆ ਕੇ ਨਕਲੀ ਤਾਂ ਵੰਡਤੇ, ਕੋਈ ਤਾਂ ਕੀਤਾ ਸੀ। ਤੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਕਿਹਾ ਤਾਂ ਇਹਨਾਂ ਨੇ ਵੀ ਸੀ ਵੀ ਕਿਸਾਨਾਂ ਨੂੰ ਮੁਆਵਜ਼ਾ ਦੇਵਾਂਗੇ, ਇਹਨਾਂ ਨੇ ਵੰਡਤੇ ਸੀ ਚੈੱਕ? ਨਹੀਂ ਤੇ ਫਿਰ ਉਦੋਂ ਕਾਂਗਰਸੀ ਵੀ ਤਾਂ ਨਕਲੀ ਚੈੱਕ ਵੰਡਦੇ ਹੁੰਦੇ ਸੀ, ਤੁਹਾਨੂੰ ਉਦੋਂ ਖਬਰਾਂ ਚੇਤੇ ਨਹੀਂ? ਨਹੀਂ, ਮੈਨੂੰ ਯਾਦ ਹੈ, ਪਰ ਮੈਂ ਤਾਂ ਵੈਸੇ ਨੁਕਸ ਕੱਢਣ ਦੀ ਗੱਲ ਕਰ ਰਹੀ ਹਾਂ ਕਿ ਅਕਾਲੀ ਦਲ ਨੇ ਇਹ ਤਾਂ ਬੜੀ ਜਲਦੀ ਪ੍ਰਦਰਸ਼ਨ ਕਰਤਾ ਵੀ ਆਪਾਂ ਕਿਸੇ ਪਾਰਟੀ ਦੇ ਹੱਕ ਦੇ ਵਿੱਚ ਨਹੀਂ, ਪਰ ਇਹ ਇੱਕ ਗੱਲ ਹੈ ਜਿਹੜੀ ਆਪਾਂ ਕਰ ਰਹੇ ਹਾਂ ਕਿ ਅਕਾਲੀ ਦਲ ਨੂੰ ਉਹਨਾਂ ਦੀਆਂ ਕਮੀਆਂ ਤਾਂ ਬਹੁਤ ਜਲਦੀ ਨਜ਼ਰ ਆਈਆਂ, ਤਾਂ 10 ਸਾਲ ਪੰਜਾਬ ਉਹਨਾਂ ਦੇ ਹੱਥ 'ਚ ਸੀ। ਬਿਲਕੁਲ, ਤੁਹਾਡੀ ਗੱਲ ਸਹੀ ਹੈ, 16 ਨੇ ਤੁਹਾਡੀ ਗੱਲ ਸਹੀ ਹੈ ਜੀ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸਾਡੀ ਸਰਕਾਰ ਆ ਗਈ, 50 ਲੱਖ ਨੌਜਵਾਨਾਂ ਨੂੰ ਮੋਬਾਈਲ ਦੇਵਾਂਗੇ, ਸਮਾਰਟਫੋਨ ਦੇਵਾਂਗੇ, ਘੱਟੋ ਘੱਟ ਕੀਮਤ ਆ ਜਿਹੜੀ 3500 ਰੁਪਏ ਤੋਂ ਸਮਾਰਟਫੋਨ ਦੀ ਸ਼ੁਰੂ ਹੁੰਦੀ ਹੈ। 50 ਲੱਖ ਨੂੰ ਜੇਕਰ ਅਸੀਂ ਗੁਣਾ ਕਰ ਲਈਏ 3500 ਦੇ ਨਾਲ, ਉਹ ਕਹਿੰਦੇ ਵੀ 1700 ਕਰੋੜ ਰੁਪਇਆ ਬਣਦਾ। ਜੇਕਰ ਇਹਨਾਂ ਮੋਬਾਈਲਾਂ ਦੇ ਵਿੱਚ ਡਾਟਾ ਪਾ ਕੇ ਦੇਣਾ ਹੋਵੇ ਉਹਦਾ 900 ਕਰੋੜ ਰੁਪਇਆ ਬਣਦਾ। 1700 ਕਰੋੜ ਜਮ੍ਹਾਂ 900 ਕਰੋੜ ਰੁਪਇਆ ਕਰ ਲਓ, ਤੇ ਇੰਨੀ ਰਕਮ ਕੈਪਟਨ ਸਰਕਾਰ ਦੇ ਕੋਲੇ ਹੈ ਕਿੱਥੇ? ਸਵਾਲ ਤਾਂ ਉਹਨਾਂ ਦਾ ਆਪਣੀ ਥਾਂ ਦੇ ਉੱਤੇ ਸਹੀ ਹੈ, ਪਰ ਮਗਰਲੀ ਸਰਕਾਰ ਦੇ ਮੌਕੇ ਵੀ ਬਹੁਤ ਸਾਰੀਆਂ ਗੱਲਾਂ ਪੂਰੀਆਂ ਨਹੀਂ ਹੋਈਆਂ। ਵਰਤਮਾਨ ਸਰਕਾਰ ਨੇ ਵੀ ਸਿਰਫ ਤੇ ਸਿਰਫ ਨਾ ਉਹ ਲੋਲੀਪੋਪ ਹੀ ਦਿੱਤੇ ਵੀ ਆ ਚੂਸੀ ਜਾਓ ਤੇ ਗੱਲਾਂ ਕਰੀ ਜਾਓ ਤੇ ਸੁਣਾਈ ਜਾਓ। ਤਾਂ ਉਦੋਂ ਵੀ ਇਹ ਆਈਆਂ ਸੀਗੀਆਂ ਕਿ ਜਿਹੜੇ ਤਾਂ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ, ਤੇ ਡਬਲ ਟ੍ਰਿਪਲ ਜ਼ੈਡ ਸਿਕਿਉਰਿਟੀ ਵਾਲੀਆਂ ਤਾਂ ਬੁਲਟ ਪ੍ਰੂਫ ਗੱਡੀਆਂ ਬਣਵਾਉਣ ਦੇ ਲਈ ਸਰਕਾਰ ਕੋਲ ਜ਼ਰੂਰ ਪੈਸੇ ਸੀਗੇ, ਉਹ ਖੜੇ ਖੜੋਤੇ ਆ ਗਈਆਂ ਸੀ, ਉਦੋਂ ਤਾਂ ਕਿਸੇ ਕੋਲ ਵੀ ਜਵਾਬ ਹੈ। ਬਿਲਕੁਲ, ਤੁਹਾਡੀ ਗੱਲ ਇਹ ਵੀ ਦਰੁਸਤ ਹੈ, ਪਰ ਦੇਖੋ ਮਹਾਰਾਜ ਜਾਣਦਾ ਵੀ ਹੁਣ ਜਿਹੜੇ ਉੱਥੇ ਕੈਪਟਨ ਸਾਹਿਬ ਪਟਿਆਲੇ 'ਚ ਗਏ ਸੀਗੇ ਉਹ ਚੂੜੀਦਾਰ ਪਜਾਮੀ ਪਾ ਕੇ ਕੀ ਪਤਾ ਸੰਸਾਰਪੁਰ ਵਿੱਚ ਵੀ ਆ ਜਾਣ, ਤੁਹਾਨੂੰ ਵੀ ਕਹਿਣ ਆ ਲਓ ਹਰਮਨ ਸਿੰਘ ਜੀ ਆ ਲਓ ਮੋਬਾਈਲ ਆਪਦੇ ਹਿੱਸੇ ਦਾ। ਇਸ ਤਰੀਕੇ ਦੇ ਨਾਲ ਨਹੀਂ ਹੁੰਦਾ, ਮੈਂ ਤੁਹਾਡਾ ਹਰ ਰੋਜ਼ ਚੱਜ ਦਾ ਵਿਚਾਰ ਵੇਖਦਾ ਹਾਂ, ਐਵੇਂ ਵਿਰੋਧੀਆਂ ਦੀ ਕੋਈ ਗੱਲ ਨਹੀਂ ਹੈ। ਉਹ ਤੇਰੀ ਦੇਖੋ ਜੀ, ਜ਼ੀਰਾ ਖੇਤਰ ਤੋਂ ਉਹ ਵਿਧਾਇਕ ਆ ਜੀ, ਤੇ ਉਹਨਾਂ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਨਮਣਾ ਖੱਟਿਆ। ਕੱਲ ਤੱਕ ਉਹਨਾਂ ਨੂੰ ਸਿਰਫ ਤੇ ਸਿਰਫ ਜ਼ੀਰਾ ਵਿਧਾਨ ਸਭਾ ਹਲਕੇ ਦੇ ਲੋਕ ਜਾਣਦੇ ਸੀ, ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਆ ਉਹ ਕੁਲਵੀਰ ਸਿੰਘ ਜ਼ੀਰਾ ਨੂੰ ਜਾਣਦੇ ਆ, ਕਿਉਂਕਿ ਇਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ, ਪੁਲਿਸ ਤੰਤਰ ਦੇ ਖਿਲਾਫ, ਨਸ਼ਾ ਤਸਕਰਾਂ ਦੇ ਖਿਲਾਫ ਇਹੋ ਜਿਹੀ ਬਿਆਨਬਾਜ਼ੀ ਕੀਤੀ ਵੀ ਉਹਦੇ ਤੋਂ ਬਾਅਦ ਕਈ ਕਿਸਮ ਦੀ ਪ੍ਰਤੀਕਿਰਿਆ ਆਈ ਤੇ ਜ਼ੀਰਾ ਹੋਰੀ ਚਰਚਾ ਦੇ ਵਿੱਚ ਆ ਗਈ। ਪਿਛਲੇ ਦਿਨੀ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਸੀ ਵੀ ਕੁਲਵੀਰ ਜ਼ੀਰਾ ਤਾਂ ਆਪ ਅਮਲੀ ਆ, ਇਹ ਤਾਂ ਸਿਰੇ ਦਾ ਨਸ਼ੇੜੀ ਆ। ਅੱਗੋਂ ਇਹ ਗੱਲ ਕਹੀ ਸੀ ਜ਼ੀਰਾ ਨੇ ਵੀ ਚਲੋ ਜੇ ਮੈਂ ਨਸ਼ੇੜੀ ਆ, ਮੈਂ ਵੀ ਆਪਣਾ ਡੋਪ ਟੈਸਟ ਕਰਵਾਉਣਾ। ਸੁਖਬੀਰ ਬਾਦਲ ਆਉਣ ਹੀ ਲੱਗੇ ਆ ਇੱਥੇ ਜ਼ੀਰਾ ਖੇਤਰ ਦੇ ਵੱਲ, ਵਰਕਰਾਂ ਦੇ ਨਾਲ, ਸਮਰਥਕਾਂ ਦੇ ਨਾਲ ਮਿਲਣੀ ਕਰਨ ਦੇ ਲਈ। ਆਪਾਂ ਇੱਥੇ ਜਦੋਂ ਕੈਂਪ ਲਾਵਾਂਗੇ ਤੇ ਮੈਂ ਪਹਿਲਾਂ ਕਰਾਊਂਗਾ, ਬਾਅਦ ਦੇ ਵਿੱਚ ਸੁਖਬੀਰ ਵੀ ਡੋਪ ਟੈਸਟ ਕਰਵਾ ਲੈਣ, ਕਿਹੜਾ ਸੱਚਾ ਕਿਹੜਾ ਝੂਠਾ ਪੇ ਪਤਾ ਲੱਗ ਜਾਣਾ। ਗੱਲ ਤਾਂ ਸੱਚੀ ਹੈ, ਗੱਲ ਉਹਨਾਂ ਦੀ ਬੇਸ਼ੱਕ ਸੱਚੀ ਹੈ। ਲਓ ਜੀ, ਸੁਖਬੀਰ ਸਿੰਘ ਬਾਦਲ ਤੈਅ ਸਮੇਂ ਦੇ ਉੱਤੇ ਜਿੱਥੇ ਪਹੁੰਚਣਾ ਸੀ ਪਹੁੰਚ ਗਏ। ਅੱਛਾ, ਉਹਦੇ ਤੋਂ ਕੁਝ ਕੁ ਦੂਰੀ ਦੇ ਉੱਤੇ ਟੈਂਟ ਲਾ ਕੇ ਤੇ ਕੈਂਪ ਲਾ ਲਿਆ। 5 ਮੈਂਬਰਾਂ ਦੀ ਇੱਕ ਟੀਮ ਆਈ ਡਾਕਟਰਾਂ ਦੀ ਫਿਰੋਜ਼ਪੁਰ ਦੇ ਵੱਲੋਂ, ਬ੍ਰਹਮ ਮਹਿੰਦਰਾ ਜਿਹੜੇ ਪੰਜਾਬ
ਪੰਜਾਬ ਦੇ ਸਿਹਤ ਮੰਤਰੀ ਆ ਉਹਨਾਂ ਨੇ ਹੀ ਭੇਜੀ ਸੀ ਵੀ ਚਲੋ ਅੱਜ ਕਰ ਦਿਓ ਜੋ ਕਰਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅੱਜ ਆਰ ਜਾਂ ਪਾਰ ਦਾ ਕੰਮ ਕਰ ਦਿਓ ਜੋ ਸੱਚਾਈ ਉਹ ਸਾਹਮਣੇ ਆ ਜੇ ਲਓ ਜੀ ਉੱਥੇ ਕੁਲਬੀਰ ਜ਼ੀਰਾ ਨੇ ਡੋਪ ਟੈਸਟ ਕਰਵਾਇਆ ਉਹ ਨੈਗੇਟਿਵ ਆ ਗਿਆ ਯਾਨੀ ਕਿ ਉਹ ਨਸ਼ਾ ਨਹੀਂ ਕਰਦੇ ਇਹ ਪਤਾ ਲੱਗ ਗਿਆ ਹੁਣ ਉੱਥੇ ਸੁਖਬੀਰ ਬਾਦਲ ਦੀ ਉਡੀਕ ਹੋਈ ਜਾਂਦੀ ਆ ਹੋਈ ਜਾਂਦੀ ਆ ਹੋਈ ਜਾਂਦੀ ਆ ਜ਼ੀਰਾ ਹੋਰੀ ਐਂ ਬਹਿ ਗਏ ਤੇ ਨਾਲ ਦੀ ਕੁਰਸੀ ਦੇ ਉੱਤੇ ਸੁਖਬੀਰ ਬਾਦਲ ਹੋਰਾਂ ਦੀ ਫੋਟੋ ਰੱਖ ਲਈ ਵੀ ਆਹ ਕੁਰਸੀ ਉਹਨਾਂ ਦੀ ਆ ਵੇਨੇ ਕਦੋਂ ਆਉਂਦੇ ਆ ਉਹ ਆਈ ਨੀ ਆਥਣ ਪੈ ਗਿਆ ਆਈ ਨੀ ਰਾਤ ਪੈ ਗਈ ਆਈ ਨੀ ਸੋ ਉਸ ਤੋਂ ਬਾਅਦ ਪੱਤਰਕਾਰਾਂ ਨੇ ਸੁਖਬੀਰ ਬਾਦਲ ਨੂੰ ਕਿਹਾ ਵੀ ਤੁਹਾਡੇ ਨਾਲ ਹੀ ਇੱਥੇ ਅੱਜ ਡੋਪ ਟੈਸਟ ਦਾ ਚੁਣੌਤੀ ਵਾਲਾ ਕੰਮ ਆ ਚੈਲੰਜ ਕੀਤਾ ਤੁਹਾਨੂੰ ਤੁਸੀਂ ਜਾਣਾ ਉਹ ਕਹਿੰਦੇ ਕਿਹੜਾ ਜ਼ੀਰਾ ਮੈਂ ਕਿਸੇ ਜ਼ੀਰੇ ਜ਼ਰੂਰ ਨਹੀਂ ਜਾਣਦਾ ਐਵੇਂ ਮਾਰੀ ਜਾਂਦੇ ਪੰਜਾਬ ਦੇ ਹੋਰ ਬੜੇ ਮਸਲੇ ਆ ਇਹੀ ਗੱਲ ਜਦੋਂ ਜ਼ੀਰਾ ਹੋਰਾਂ ਨੂੰ ਪੁੱਛੀ ਵੀ ਤੁਹਾਡੇ ਬਾਰੇ ਤਾਂ ਉਹ ਐਂ ਕਹਿੰਦੇ ਆ ਉਹ ਕਹਿੰਦੇ ਵੀ ਸੁਖਬੀਰ ਬਾਦਲ ਦੀਆਂ ਮੈਨੂੰ ਇਹਨਾਂ ਗੱਲਾਂ ਦਾ ਗੁੱਸਾ ਨਹੀਂ ਆਉਂਦਾ ਉਹ ਤਾਂ ਆਪਦੇ ਭਾਪੇ ਨੂੰ ਕਹਿ ਦਿੰਦੇ ਆ ਵੀ ਮੇਰੇ ਪਿਤਾ ਸਮਾਨ ਆ ਤੇ ਮੈਨੂੰ ਕਿੱਥੇ ਜਾਣਦੇ ਹੋਣਗੇ ਇਹੋ ਜਿਹੀ ਰਾਜਨੀਤੀ ਤੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਡੋਪ ਟੈਸਟ ਦੇ ਨਾਂ ਦੇ ਉੱਤੇ ਇਹ ਕੁਝ ਚੱਲ ਰਿਹਾ ਭਾਈ ਪੰਜਾਬ ਦੇ ਵਿੱਚ ਨਹੀਂ ਪਰ ਮੈਂ ਤਾਂ ਹੈਰਾਨ ਆ ਵੀ ਗੱਲਾਂ ਵੇਖੋ ਕਿੱਥੋਂ ਕਿੱਥੋਂ ਨਿਕਲ ਕੇ ਆਉਂਦੀਆਂ ਨੇ ਮੈਨੂੰ ਲੱਗਦਾ ਵੀ ਜਿੰਨੇ ਲੀਡਰ ਨੇ ਸਾਡੇ ਤੋਂ ਚਾਹੀਦੇ ਵਿਚਾਰ ਵਾਲਾ ਕੰਮ ਖੋਣਗੇ ਤੇ ਇੱਥੇ ਬਹਿ ਕੇ ਹਾਸਿਆ ਖੇਡਿਆ ਕਰਨਗੇ ਐ ਗੱਲ ਨਹੀਂ ਚੇਤੇ ਕਰਾਈ ਦੀ ਕਿਸੇ ਨੂੰ ਵੀ ਸਾਡੇ ਕੋਲ ਖੋ ਲੈਣਗੇ ਇਹ ਸੱਚੀ ਵੀ ਹੋ ਸਕਦਾ ਨਹੀਂ ਨਹੀਂ ਪਰ ਮਾਤਾ ਕਹਿੰਦੇ ਵੀ ਇੱਕ ਵਾਰੀ ਇੱਕ ਕਮਲਾ ਨਾ ਡਲੇ ਮਾਰੀ ਜਾਂਦਾ ਸੀ ਇੱਧਰ ਮਾਰਤਾ ਕਦੇ ਉਧਰ ਮਾਰਤਾ ਕਦੇ ਉਧਰ ਮਾਰਤਾ ਜੀ ਉਹਨੂੰ ਇੱਕ ਬੰਦਾ ਕਹਿੰਦਾ ਸਿਆਣਾ ਕਹਿੰਦਾ ਉਹ ਇਸ ਸਾਹਮਣੇ ਨਾ ਮਾਰੀ ਕੱਚ ਦੀ ਕਹਿੰਦਾ ਉੱਥੇ ਸ਼ੀਸ਼ਾ ਲੱਗਾ ਹੋਇਆ ਜੇ ਉਹਦੇ 'ਚ ਡਲਾ ਮਾਰੇਗਾ ਨਾ ਤੇ ਉਹਨੇ ਟੁੱਟ ਜਾਣਾ ਨੁਕਸਾਨ ਹੋਣਾ ਕਹਿੰਦਾ ਵਾਹ ਚੇਤੇ ਕਰਾਤਾ ਇਸ ਕਰਕੇ ਜੇ ਤੁਸੀਂ ਐਂ ਚੇਤੇ ਕਰਾਓਗੇ ਨਾ ਵੀ ਸਾਡੀ ਥਾਂ ਤੇ ਤੁਸੀਂ ਵੀ ਬਹਿ ਸਕਦੇ ਉਹਨਾਂ ਨੇ ਬਹਿ ਵੀ ਜਾਣਾ ਨਹੀਂ ਭਰਾਵਾ ਸਾਡੀ ਰੋਜ਼ੀ ਰੋਟੀ ਸਾਡੇ ਤੋਂ ਨਾ ਖੋਇਓ ਇੱਥੇ ਅਸੀਂ ਵੀ ਬੈਠੇ ਚੰਗੇ ਲੱਗਦੇ ਆ ਪਰ ਤੁਸੀਂ ਨਾ ਆਹ ਜਿਹੜੀਆਂ ਗੱਲਾਂ ਕਰਦੇ ਹੋ ਇਹਦੇ ਨਾਲ ਲੋਕਾਂ ਦਾ ਮਨੋਰੰਜਨ ਜ਼ਰੂਰ ਹੋ ਰਿਹਾ ਹੋਰ ਕੁਝ ਹੋਵੇ ਨਾ ਹੋਵੇ ਪੰਜਾਬ ਦਾ ਭਲਾ ਤਾਂ ਵੈਸੇ ਵੀ ਤੁਹਾਨੂੰ ਕਦੇ ਨਹੀਂ ਚੇਤੇ ਆਉਂਦਾ ਇੱਕ ਦੂਜੇ ਨੂੰ ਤੁਸੀਂ ਨਿੰਦੀ ਜਾਂਦੇ ਹੋ ਕੋਈ ਕਿਸੇ ਨੂੰ ਕੁਛ ਕਹੀ ਜਾਂਦਾ ਕੋਈ ਕਿਸੇ ਨੂੰ ਕੁਛ ਕਹੀ ਜਾਂਦਾ ਸੋ ਇਹ ਗੱਲ ਤਾਂ ਸੱਚੀ ਹੈ ਵੀ ਪੰਜਾਬ ਦੇ ਲੋਕਾਂ ਦੇ ਮੁੱਦੇ ਕੁਝ ਹੋਰ ਨੇ ਪਰ ਜੇਕਰ ਇਸ ਗੱਲ ਨੂੰ ਹਮੇਸ਼ਾ ਹੀ ਚੇਤੇ ਰੱਖਿਆ ਜਾਵੇ ਜਦੋਂ ਤਾਂ ਅਸੀਂ ਕਿਸੇ 'ਚ ਨੁਕਸ ਕੱਢਣੇ ਨੇ ਉਦੋਂ ਸਾਨੂੰ ਪੰਜਾਬ ਦਾ ਭਲਾ ਨਹੀਂ ਚੇਤੇ ਆਉਂਦਾ ਜਦੋਂ ਕੋਈ ਸਾਡੇ 'ਚ ਕੱਢ ਦੇਵੇ ਤਾਂ ਸਾਨੂੰ ਪੰਜਾਬ ਦੇ ਮੁੱਦੇ ਬਿਲਕੁਲ ਸਹੀ ਗੱਲ ਜੱਜ ਦਾ ਵਿਚਾਰ ਲਓ ਜੀ ਵਕਫੇ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਮੈਂ ਸਵਰਨ ਸਿੰਘ ਤੇ ਨਾਲ ਨੇ ਮੈਡਮ ਹਰਮਨ ਸਿੰਘ ਜੀ ਤੇ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ ਹਾਂਜੀ ਜੀ ਤੇ ਚਲੋ ਅੱਗੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਬਿਲਕੁਲ ਅਗਲੀ ਖਬਰ ਜਿਹੜੀ ਅਸੀਂ ਸਾਂਝੀ ਕਰਨੀ ਹੈ ਉਹ ਖਬਰ ਸਾਂਝੀ ਕਰਨ ਤੋਂ ਪਹਿਲਾਂ ਮੈਂ ਲੱਖ ਲੱਖ ਲਾਮਤਾਂ ਪਾਉਣਾ ਚਾਹੁੰਦੀ ਹਾਂ ਲੋਕਾਂ ਨੂੰ ਕਿਹਨੂੰ ਮੈਂ ਲੋਕਾਂ ਨੂੰ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਹੀ ਹਾਂ ਜਿਹੜੇ ਲੋਕ ਹਮੇਸ਼ਾ ਤਮਾਸ਼ਬੀਨ ਬਣ ਕੇ ਸੜਕਾਂ ਦੇ ਉੱਪਰ ਘੁੰਮਦੇ ਨੇ ਜਿਨ੍ਹਾਂ ਨੂੰ ਕਿਸੇ ਦੇ ਸੁੱਖ ਦੁੱਖ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਸਿਰਫ ਆਪਣੀਆਂ ਮੋਬਾਈਲ ਦੀਆਂ ਵੀਡੀਓਜ਼ ਦੇ ਨਾਲ ਸੰਬੰਧ ਹੁੰਦਾ ਹੈ ਉਹ ਕਦੇ ਨਹੀਂ ਸੋਚਦੇ ਕਿ ਇਨਸਾਨ ਦੀ ਜ਼ਿੰਦਗੀ ਦੀ ਕੀਮਤ ਉਹਨਾਂ ਵੀਡੀਓਜ਼ ਤੋਂ ਕਿਤੇ ਜ਼ਿਆਦਾ ਬਿਲਕੁਲ ਸਹੀ ਮੈਂ ਇਹ ਗੱਲ ਇਸ ਲਈ ਕਹਿ ਰਹੀ ਹਾਂ ਕਿਉਂਕਿ ਦਿੱਲੀ ਦੇ ਵਿੱਚ ਕਹਿੰਦੇ ਇੱਕ ਖਬਰ ਸਾਹਮਣੇ ਆਈ ਹੈ ਕਿ ਇੱਕ ਮੁੰਡਾ ਉਹਨੇ ਕਿਤੇ ਆਪਣੇ ਆਪ ਨੂੰ ਅੱਗ ਲਗਾ ਲਈ ਹਨਾ ਤੇ ਉਹਨੇ ਜਦੋਂ ਆਪਣੇ ਆਪ ਨੂੰ ਅੱਗ ਲਗਾਈ ਤੇ ਉਸ ਤੋਂ ਬਾਅਦ ਵਿੱਚ ਲੋਕ ਜਿਹੜੇ ਉਹ ਤਮਾਸ਼ਬੀਨ ਬਣ ਕੇ ਵੀਡੀਓਜ਼ ਬਣਾਉਂਦੇ ਰਹੇ ਉਸ ਮੁੰਡੇ ਨੂੰ ਬਚਾਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਤੇ ਉਹ ਮੁੰਡਾ 80% ਤੱਕ ਝੁਲਸ ਗਿਆ ਬਿਲਕੁਲ ਜੀ ਇਹ ਜਿਹੜੀ ਦਿੱਲੀ ਦੇ ਵੱਲੋਂ ਖਬਰ ਆਈ ਹੈ ਨਾ ਹਰਮਨ ਜੀ ਇੱਕ ਤਾਂ ਗੱਲ ਇਹ ਹੈ ਵੀ ਮੁੰਡਾ ਹੋ ਸਕਦਾ ਮਾਨਸਿਕ ਰੋਗੀ ਹੋਵੇ ਜੀ ਹੋ ਸਕਦਾ ਮੁੰਡਾ ਕਿਸੇ ਤਣਾਅ ਦੇ ਵਿੱਚ ਹੋਵੇ ਹੋ ਸਕਦਾ ਉਹਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਹੋਵੇ ਉਹਨੂੰ ਜ਼ਿੰਦਗੀ ਦੇ ਵਿੱਚ ਹਨੇਰਾ ਦਿਸਦਾ ਹੋਵੇ ਜੀ ਉਹ ਪਾਰਕ ਦੇ ਵਿੱਚ ਪਹਿਲਾਂ ਸੈਰ ਕਰੀ ਜਾਂਦਾ ਕਿਉਂਕਿ CCTV ਕੈਮਰੇ ਦੀਆਂ ਵੀਡੀਓਜ਼ ਵੀ ਆਈਆਂ ਜੀ ਉਸ ਤੋਂ ਬਾਅਦ ਉਹ ਮੁੰਡਾ ਆਪਣੇ ਪਿੰਡੇ ਦੇ ਉੱਤੇ ਤੇਲ ਛਿੜਕ ਲੈਂਦਾ ਜੀ ਫਿਰ ਉਹ ਖੁਦ ਨੂੰ ਅੱਗ ਲਾ ਲੈਂਦਾ ਨਾਲ ਦੀ ਨਾਲ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਜਮਾਵੜਾ ਲੱਗ ਜਾਂਦਾ ਉਹ ਜਿਹੜੇ ਲੋਕ ਆ ਉਹਦੀ ਅੱਗ ਬੁਝਾਉਣ ਦੀ ਪੂਰਾ ਕੋਸ਼ਿਸ਼ ਨਹੀਂ ਕਰਦੇ ਜਿੰਨੇ ਵੀ ਲੋਕਾਂ ਦੇ ਕੋਲ ਮੋਬਾਈਲ ਆ ਉਹ ਜੇਬਾਂ ਦੇ ਵਿੱਚੋਂ ਕੱਢਦੇ ਅਤੇ ਨਾਲ ਦੀ ਨਾਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਆ ਕੋਈ ਲਾਈਵ ਹੋ ਜਾਂਦਾ ਆਪਣੇ ਵਿਊ ਆਪਣੇ ਕਮੈਂਟ ਆਪਣੇ ਸ਼ੇਅਰ ਆਪਣੇ ਲਾਈਕ ਦੇ ਚੱਕਰ ਦੇ ਵਿੱਚ ਇਸ ਗੱਲ ਨੂੰ ਭੁੱਲ ਹੀ ਜਾਂਦੇ ਆ ਕਿ ਅਸੀਂ ਵੀ ਮਨੁੱਖ ਹਾਂ ਅਸੀਂ ਮਨੁੱਖ ਹੋਣ ਦਾ ਫਰਜ਼ ਅਦਾ ਕਰੀਏ ਅਸੀਂ ਸੰਵੇਦਨਸ਼ੀਲ ਮਨੁੱਖ ਹੋਣ ਦਾ ਫਰਜ਼ ਅਦਾ ਕਰੀਏ ਅਸੀਂ ਰੋਬਟ ਨਾ ਬਣੀਏ ਅਸੀਂ ਪੱਥਰ ਦਿਲ ਇਨਸਾਨ ਨਾ ਬਣੀਏ ਕੁਝ ਕਮੈਂਟਾਂ ਬਾਅਦ ਉਸ ਥਾਂ ਦੇ ਉੱਤੇ ਪੁਲਿਸ ਆਉਂਦੀ ਹੈ ਉਹਦੇ ਵੱਲੋਂ ਅੱਗ ਬੁਝਾਈ ਜਾਂਦੀ ਹੈ ਮੁੰਡੇ ਨੂੰ ਹਸਪਤਾਲ ਲਿਜਾਇਆ ਜਾਂਦਾ ਮੁੰਡਾ ਹਾਲੇ ਬਿਆਨ ਦਰਜ ਕਰਾਉਣ ਦੇ ਯੋਗ ਨਹੀਂਗਾ ਉਹ 80% ਤੱਕ ਝੁਲਸ ਗਿਆ ਉਹਦਾ ਬਚਣਾ ਨਾ ਬਚਣਾ ਪਤਾ ਨਹੀਂ ਕੀ ਬਣਨਾ ਉਹਦਾ ਪਰ ਇਸ ਖਬਰ ਤੋਂ ਬਾਅਦ ਇਹ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਨਵੇਂ ਦੌਰ ਦੇ ਵਿੱਚ ਅਸੀਂ ਕਿਹੋ ਜਿਹੇ ਮਨੁੱਖ ਬਣ ਗਏ ਹਾਂ ਕਿਸੇ ਥਾਂ ਦੇ ਉੱਤੇ ਵਿਅਕਤੀ ਕੋਈ ਡੁੱਬ ਰਿਹਾ ਹੁੰਦਾ ਉਹਨੂੰ ਬਚਾਉਣ ਦੀ ਥਾਂ ਦੇ ਉੱਤੇ ਅਸੀਂ ਵੀਡੀਓ ਬਣਾਉਣ ਲੱਗ ਜਾਂਦੇ ਹਾਂ ਕਿਸੇ ਥਾਂ ਦੇ ਉੱਤੇ ਹਾਦਸੇ ਦੇ ਕਰਕੇ ਕੋਈ ਤੜਫ ਰਿਹਾ ਹੁੰਦਾ ਅਸੀਂ ਉਹਨੂੰ ਬਚਾਉਣ ਦੀ ਥਾਂ ਦੇ ਉੱਤੇ ਉਹਦੀਆਂ ਚੀਕਾਂ ਦੀ ਵੀਡੀਓ ਪੇਸ਼ ਕਰਦੇ ਹਾਂ ਵੀ ਦੇਖੋ ਕਿੰਨਾ ਦਰਦਨਾਕ ਕਹਿਰ ਸੀ ਕੀ ਕੁਝ ਹੋ ਰਿਹਾ ਸੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਕਿਸੇ ਔਰਤ ਦੇ ਨਾਲ ਕੁੜੀ ਚਿੜੀ ਨਾਲ ਬਦਸਲੂਕੀ ਹੁੰਦੀ ਹੈ ਅਸੀਂ ਬਚਾਉਣ ਦੀ ਥਾਂ ਦੇ ਉੱਤੇ ਵੀਡੀਓ ਬਣਾਈ ਜਾਂਦੇ ਹੁੰਦੇ ਹਾਂ ਤੇ ਇਹੋ ਜਿਹੀ ਘਟਨਾ ਹੁਣ ਜਿਹੜੀ ਦਿੱਲੀ ਦੇ ਵਿੱਚ ਵਾਪਰੀ ਆ ਉੱਥੇ ਵੀ ਅਸੀਂ ਸਿਰਫ ਵੀਡੀਓ ਬਣਾਈਆਂ ਪਰ ਪਤਾ ਨਹੀਂ ਕਿਉਂ
शब्द वरतूंगी कि सानू ये परवाह ही नहीं कि वो बंदा सड़ रहा उहदियां चीकां वज रहियां ने उहनें चाहे खुद नू आप ही उहनें अग लगाई ते इहदा मतलब इह तां नहीं वी असीं उहनूं सड़न देंगे इह साडा फर्ज़ बणदा है कि असीं अग बुझाउण दी कोशिश करिए कोई मिट्टी उहदे उत्ते पाईए रेता पाईए कोई पानी पाईए कोई कपड़ा लै के उहदी अग बुझाउण दी कोशिश करिए किते हथ पैर तां मारिए पर असीं उह चीज़ां सोचदे नहीं असल दे विच ना बहुत गिणती जिहड़े असीं लोक आ उहदे विच कोई भी शामिल हो सकदा असीं किसी व्यक्ति विशेष की गल नहीं करते जी अग लाउण दे विच योगदान पाउने आ अग बुझाउण दे विच नहीं जदकि अग बुझाउण दे विच योगदान पाउणा चाहीदा अग लगी च असीं तेल पाउण दा वी योगदान पाउणा कहिंदे आ ना वी इक वारी इक जंगल नूं अग लग गई फायर ब्रिगेड वाले लोक आ जिहड़े जां जिहदे हथ जो भी कुछ आया उहने नाल दी नाल पाणी पाउणा शुरू करता वी अग बुझ जे इक चिड़ी ਉਹਨੇ ਆਪਣੀ ਚੁੰਝ ਦੇ ਵਿੱਚ ਪਾਣੀ ਦੀ ਬੂੰਦ ਪਾਉਣੀ ਤੇ ਜਾ ਕੇ ਉੱਤੇ ਅੱਗ ਦੇ ਛਿੜਕ ਦੇਣੀ ਉਹਨੇ ਤਲਾਅ ਦੇ ਵਿੱਚੋਂ ਫਿਰ ਚੁੰਝ ਦੇ ਵਿੱਚ ਪਾਣੀ ਲੈ ਕੇ ਆਉਣਾ ਛਿੜਕ ਦੇਣੀ ਫਿਰ ਲੈ ਕੇ ਆਉਣਾ ਫਿਰ ਛਿੜਕ ਦੇਣਾ ਪਾਣੀ ਕਿਸੇ ਨੇ ਆਖਿਆ ਵੀ ਦੇਖੋ ਐਨੇ ਲੋਕ ਲੱਗੇ ਪਏ ਆ ਅੱਗ ਬੁਝਾਉਣ ਤਾਂ ਤੇਰੀ ਚੁੰਝ ਦੀ ਇੱਕ ਬੂੰਦ ਦੇ ਨਾਲ ਕੀ ਬਣਨਾ ਐ ਨਹੀਂ ਅੱਗ ਬੁਝਣੀ ਉਹ ਕਹਿੰਦੀ ਮੈਨੂੰ ਵੀ ਪਤਾ ਨਹੀਂ ਬੁਝਣੀ ਪਰ ਮੈਂ ਇਹ ਚਾਹੁੰਦੀ ਹਾਂ ਵੀ ਜਦੋਂ ਇਤਿਹਾਸ ਲਿਖਿਆ ਜਾਵੇ ਕਿ ਅੱਗ ਬੁਝਾਉਣ ਵਾਲੇ ਕਿਹੜੇ ਕਿਹੜੇ ਸੀ ਉਹਦੇ 'ਚ ਮੇਰਾ ਵੀ ਨਾਂ ਆਵੇ ਘੱਟੋ ਘੱਟ ਮੇਰਾ ਨਾਂ ਅੱਗ ਲਾਉਣ ਵਾਲਿਆਂ ਦੇ ਵਿੱਚ ਨਾ ਆਵੇ ਤੇ ਅਸੀਂ ਲੋਕ ਆ ਜਿਹੜੇ ਅੱਗ ਲਾਉਣ ਦੇ ਵਿੱਚ ਯੋਗਦਾਨ ਪਾਉਣ ਲੱਗ ਪਏ ਹਾਂ ਬੁਝਾਉਣ ਦੀ ਅਸੀਂ ਕਦੇ ਚਿੰਤਾ ਨਹੀਂ ਕੀਤੀ ਸੱਚੀ ਗੱਲ ਹੈ ਜਸੀ ਜਸਰਾਜ ਨੇ ਕਹਿੰਦੇ ਪਾਵਾ ਫੇਰ ਚੱਕ ਲਿਆ ਮੈਨੂੰ ਵੀ ਇਹੀ ਸੁਣਨ ਚ ਆਇਆ ਕੀ ਸੁਣਿਆ ਤੁਸੀਂ ਕਹਿੰਦੇ ਕਿ ਵਾਵਾ ਖੁੱਲ ਕੇ ਬੋਲੇ ਨੇ ਬਿਆਨਬਾਜ਼ੀਆਂ ਬਹੁਤ ਜ਼ਿਆਦਾ ਹੋਈਆਂ ਨੇ ਕਈ ਰਾਜ਼ ਵੀ ਖੋਲ ਕੇ ਰੱਖਦੇ ਜਸੀ ਜਸਰਾਜ ਗਾਇਕ ਵੀ ਰਹੇ ਆ ਜਸੀ ਜਸਰਾਜ ਨੇ ਇੱਕ ਫਿਲਮ ਵੀ ਕੀਤੀ ਸੀ ਬਿਕਰ ਬਾਈ ਸੈਂਟੀਮੈਂਟਲ ਜੀ ਉਹਦੇ ਵਿੱਚ ਜੋ ਕਿਰਦਾਰ ਨਿਭਾਇਆ ਸੀਗਾ ਬਿਕਰ ਬਾਈ ਦਾ ਜਸੀ ਜਸਰਾਜ ਨੇ ਉਹਦੇ ਵਿੱਚ ਉਹਨੇ ਮੋਢੇ ਦੇ ਉੱਤੇ ਪਾਵਾ ਰੱਖਿਆ ਸੀਗਾ ਉਸ ਤੋਂ ਬਾਅਦ ਉਹ ਪਾਵੇ ਵਾਲਾ ਜਸੀ ਜਸਰਾਜ ਬਣ ਗਿਆ ਜੀ ਤੇ ਫਿਰ ਉਹਨੇ ਰਾਜਨੀਤੀ ਦੇ ਵਿੱਚ ਵੀ ਪਾਵਾ ਲੈ ਕੇ ਕਈ ਥਾਵਾਂ ਦੇ ਉੱਤੇ ਦੌਰੇ ਕੀਤੇ ਰੈਲੀਆਂ 'ਚ ਹਿੱਸਾ ਲਿਆ ਜਸੀ ਜਸਰਾਜ ਦੇ ਮਨ ਦੇ ਵਿੱਚ ਕਈ ਕਿਸਮ ਦੇ ਗਿਲੇ ਸ਼ਿਕਵੇ ਵੀ ਅਸੀਂ ਪਾਰਟੀ ਦੇ ਲਈ ਕੰਮ ਬਹੁਤ ਕੀਤਾ ਪਰ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨੇ ਸਾਡੀ ਕਦਰ ਨਹੀਂ ਕੀਤੀ ਸੱਚੀ ਗੱਲ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਿਆਂ ਦਾ ਦੌਰ ਛਿੜਿਆ ਹੋਇਆ ਖਹਿਰੇ ਨੇ ਵੀ ਦਿੱਤਾ ਮਾਸਟਰ ਬਲਦੇਵ ਸਿੰਘ ਨੇ ਵੀ ਅਸਤੀਫਾ ਦਿੱਤਾ ਐਚ ਐਸ ਫੂਲਕਾ ਹੋਰਾਂ ਨੇ ਵੀ ਦਿੱਤਾ ਤਾਂ ਪੈਂਦੀ ਸੱਟੇ ਹੁਣ ਜੱਸੀ ਜਸਰਾਜ ਨੇ ਵੀ ਅਸਤੀਫਾ ਦਿੱਤਾ ਤੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਰਾਜਨੀਤੀ ਨੂੰ ਖਾ ਗਏ ਕੇਜਰੀਵਾਲ ਦੇ ਨਾਲ ਜੁੜੇ ਹੋਏ ਕੁਝ ਕੁ ਲੋਕ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਬਹੁਤ ਪੈਸਾ ਆਇਆ ਵੱਖ ਵੱਖ ਥਾਵਾਂ ਤੋਂ ਫੰਡ ਦੇ ਰੂਪ ਦੇ ਵਿੱਚ ਪਰ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਹੱਥ ਸਾਫ਼ ਕਰ ਗਏ ਇਹਨਾਂ ਨੇ ਦੋਸ਼ ਲਾਏ ਆ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਤੇ ਮੇਰੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਆ ਕਿਸੇ ਨੇ ਆਪਣੀ ਦੁਕਾਨ ਛੱਡੀ ਪਾਰਟੀ ਲਈ ਕਿਸੇ ਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਪਾਰਟੀ ਦੇ ਲਈ ਕਿਸੇ ਨੇ ਅਦਾਕਾਰੀ ਛੱਡਤੀ ਕਿਸੇ ਨੇ ਗਾਇਕੀ ਛੱਡਤੀ ਕਿਸੇ ਨੇ ਵਪਾਰ ਛੱਡਤਾ ਕਿਸੇ ਨੇ ਕੁਛ ਪਰ ਸਾਡੀ ਬਾਤ ਨਹੀਂ ਕਿਸੇ ਨੇ ਪੁੱਛੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਸ ਵਕਤ ਮੈਂ ਇਨਕਲਾਬ ਤੇ ਇਨਕਲਾਬ 2 ਇਨਕਲਾਬ ਪਾਰਟ 2 ਇਹ 2 ਗੀਤ ਗਾਏ ਸੀ ਇਹਨਾਂ ਗੀਤਾਂ ਦੇ ਕਰਕੇ ਦਿੱਲੀ ਦੇ ਵੋਟਰਾਂ ਦੇ ਵਿੱਚ ਬਹੁਤ ਵੱਡਾ ਜੋਸ਼ ਆ ਗਿਆ ਸੀ ਇਸੇ ਕਰਕੇ ਉੱਥੇ ਪਾਰਟੀ ਨੂੰ ਮਜ਼ਬੂਤੀ ਵੀ ਮਿਲੀ ਪਰ ਹੁਣ ਜਦੋਂ ਮੈਂ ਪਾਰਟੀ ਨੂੰ ਛੱਡਤਾ ਫਾਹ ਹੀ ਵੱਢਤਾ ਤੇ ਜੇ ਕਿਤੇ ਮੇਰੇ ਗਾਣੇ ਦੀ ਇੱਕ ਵੀ ਸਤਰ ਕਿਸੇ ਪਾਸੇ ਚਲਾਤੀ ਤਾਂ 5 ਕਰੋੜ ਰੁਪਏ ਦਾ ਜੁਰਮਾਨਾ ਠੋਕੂੰਗਾ ਮੁਕਦਮਾ ਕਰੂੰਗਾ ਅੱਛਾ ਹਾਂਜੀ ਪਰ ਗੱਲ ਇਹ ਹੈ ਵੀ ਇਹ ਜੇ ਦਿੱਲੀ ਦੇ ਵਿੱਚ ਗਾਣੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਤਾ ਸਕਦੇ ਨੇ ਤਾਂ ਪੰਜਾਬ 'ਚ ਕਿਉਂ ਨਹੀਂ ਗਾਇਆ ਗਾਣਾ ਤੇ ਪੰਜਾਬ ਦੇ ਵਿੱਚ ਨਾਲ ਲੈ ਕੇ ਨਹੀਂ ਰੱਖਿਆ ਭਰੋਸੇ 'ਚ ਹੀ ਨਹੀਂ ਲਿਆ ਅੱਛਾ ਪਰ ਗੱਲ ਇਹ ਹੈ ਵੀ ਹੁਣ ਤਾਂ ਆਮ ਆਦਮੀ ਪਾਰਟੀ ਨੂੰ ਫਿਰ ਸਤਰਕ ਹੋ ਜਾਣਾ ਚਾਹੀਦਾ ਚੌਕਸ ਹੋ ਜਾਣਾ ਚਾਹੀਦਾ ਹੁਣ ਚੁਕੰਨੇ ਹੋ ਜਾਣਾ ਚਾਹੀਦਾ ਹਾਂ 5 ਕਰੋੜ ਕੋਈ ਛੋਟੀ ਮੋਟੀ ਰਕਮ ਨਹੀਂ ਚੁਕੰਨੇ ਹੋਣ ਕਰਕੇ ਤਾਂ ਹੁਣ ਭਗਵੰਤ ਮਾਨ ਨੂੰ ਫਿਰ ਪ੍ਰਧਾਨ ਬਣਾਤਾ ਸੱਚੀ ਗੱਲ ਹੈ ਵੈਸੇ ਉਹ ਪਹਿਲਾਂ ਵੀ ਪ੍ਰਧਾਨ ਸੀਗੇ ਫਿਰ ਉਹਨਾਂ ਨੇ ਜਦੋਂ ਬਿਕਰਮ ਮਜੀਠੀਏ ਦੇ ਕੋਲੋਂ ਕੇਜਰੀਵਾਲ ਨੇ ਮਾਫੀ ਮੰਗ ਲਈ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਤੇ ਪਿਛਲੇ ਦਿਨੀ ਫਿਰ ਚਰਚਾ ਛਿੜੀ ਵੀ ਭਾਈ ਭਗਵੰਤ ਬਿਨਾਂ ਆਪਣੀ ਗਤੀ ਹੈ ਨਹੀਂ ਹੁਣ ਫਿਰ ਤਾਜਪੋਸ਼ੀ ਉਹਨਾਂ ਦੀ ਪ੍ਰਧਾਨਗੀ ਦੇ ਉਹਦੇ ਤੇ ਹੋ ਗਈ ਹੈ ਤਾਂ ਇਹ ਡਰਾਮਾ ਹੀ ਕੇਜਰੀਵਾਲ ਦਾ ਭਗਵੰਤ ਬਿਨਾਂ ਨਹੀਂ ਸਰਦਾ ਭਗਵੰਤ ਦਾ ਕੇਜਰੀਵਾਲ ਬਿਨਾਂ ਨਹੀਂ ਸਰਦਾ ਪਰ ਰਾਜਨੀਤੀ ਆ ਹਾਂ ਤੇ ਰਾਜਨੀਤੀ ਜੇ ਸਾਰਾ ਕੁਝ ਹੋਣ ਤੇ ਕੋਈ ਬਹੁਤੀ ਹੈਰਾਨੀ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਤਾਂ ਰਾਜਨੀਤੀ ਐਵੇਂ ਨਹੀਂ ਕਿਹਾ ਜਾਂਦਾ ਕਿ ਇੱਕ ਬਹੁਤ ਟੇਢੀ ਖੀਰ ਹੈ ਤੇ ਪਚਦੀ ਕਿਸੇ ਕਿਸੇ ਨੂੰ ਹੈ ਰਾਜਨੀਤੀ ਦੇ ਵਿੱਚ ਹਮੇਸ਼ਾ 2 ਤੇ 2 4 ਨਹੀਂ ਹੁੰਦੇ ਕਦੇ 5 ਵੀ ਹੋ ਜਾਂਦੇ ਕਦੇ 2.5 ਰਹਿ ਜਾਂਦੇ ਕਦੇ 3.25 ਹੋ ਜਾਂਦੇ ਜੱਜ ਦਾ ਵਿਚਾਰ ਹਰਮਨ ਜੀ ਫੇਸਬੁੱਕ ਦੀ ਵਰਤੋਂ ਆ ਨਾ ਜਿਹੜੀ ਉਹ ਬੰਦੇ ਨੂੰ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਸੱਚ ਹੈ ਇੱਕ ਤਾਂ ਤੁਹਾਡੇ ਨਾਂ ਦੇ ਨਕਲੀ ਖਾਤੇ ਬਣ ਜਾਂਦੇ ਆ ਜੀ ਤੁਹਾਡੀਆਂ ਫੋਟੋਆਂ ਨੂੰ ਫੋਟੋਸ਼ਾਪ ਦੇ ਵਿੱਚ ਜਾ ਕੇ ਪਤਾ ਨਹੀਂ ਕਿਹੋ ਜਿਹਾ ਬਣਾ ਦਿੰਦੇ ਬਾਂਦਰ ਮੂਹੇ ਜੇ ਬੜਾ ਕੁਝ ਇਹੋ ਜਿਹਾ ਚੱਲਦਾ ਜੀ ਹੁਣ ਇੱਕ ਖਬਰ ਆਈ ਹੈ ਵੀ ਫੇਸਬੁੱਕ ਵਰਤਣ ਕਰਕੇ 8000 ਬੰਦਾ ਮਰ ਜਾਂਦਾ ਓ ਹੈਲੋ ਹਾਂ 8000 ਬੰਦੇ ਦੀ ਮੌਤ ਹੋ ਜਾਂਦੀ ਆ
ਉਹ ਫੇਸਬੁੱਕ ਵਰਤਨ ਕਰਕੇ ਨਹੀਂ ਹੋ ਜਾਂਦੀ, ਉਹ ਵਰਤਨ ਵਾਲਿਆਂ ਦੀ ਮੌਤ ਹੋ ਜਾਂਦੀ ਆ। ਨਹੀਂ ਭਰਾਵਾ ਸਹੀ ਸਹੀ ਬੋਲੋ, ਇਹ ਗਲਤ ਗੱਲ ਦੀ ਪੇਸ਼ਕਾਰੀ ਤੁਸੀਂ ਕਰ ਰਹੇ ਹੋ। ਕਹਿੰਦੇ ਕਿ ਹਰ ਰੋਜ਼ ਕਰੀਬ 8000 ਫੇਸਬੁੱਕ ਯੂਜ਼ਰਸ ਜਿਹੜੇ ਨੇ ਉਹ ਮਰ ਜਾਂਦੇ ਨੇ। ਹਾਂ ਮਰ ਜਾਂਦੇ ਆ, ਉਹ ਫੇਸਬੁੱਕ ਵਰਤਨ ਕਰਕੇ ਨਹੀਂ ਮਰ ਜਾਂਦੇ, ਤੇ ਜੇ ਨਾ ਕਰਨਗੇ ਤਾਂ ਫਿਰ ਵੀ ਮਰ ਜਾਂਦੇ ਆ। ਉਹ ਮਰ ਜਾਂਦੇ ਨੇ, ਪਰ ਇਹ ਇਹਦੇ ਨਾਲ ਉਹਨਾਂ ਦੇ ਜਿਹੜੇ ਖਾਤੇ ਨੇ ਉਹ ਹਮੇਸ਼ਾ ਚੱਲਦੇ ਰਹਿੰਦੇ ਨੇ, ਹਨਾ। ਤੇ ਹੁਣ ਵਿਗਿਆਨੀਆਂ ਵੱਲੋਂ ਇਹ ਜਿਹੜੇ ਮਾਹਰ ਹੁੰਦੇ ਨੇ ਉਹਨਾਂ ਵੱਲੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਹੋ ਸਕਦਾ ਕਿ ਜੇ ਇਸੇ ਤਰੀਕੇ ਨਾਲ ਜਿਹੜੇ ਲੋਕ ਮਰ ਗਏ ਇਸ ਦੁਨੀਆਂ ਤੋਂ ਚਲੇ ਗਏ, ਜੇ ਉਹਨਾਂ ਦੇ ਖਾਤੇ ਇੱਦਾਂ ਹੀ ਚੱਲਦੇ ਰਹੇ ਤਾਂ ਹੋ ਸਕਦਾ ਵੀ ਇਸ ਸਦੀ ਦੇ ਅੰਤ ਤੱਕ ਜਿਹੜੇ ਮਰੇ ਹੋਏ ਲੋਕ ਨੇ ਉਹਨਾਂ ਦੇ ਖਾਤੇ ਜਿਉਂਦਿਆਂ ਨਾਲੋਂ ਵੱਧ ਹੋ ਜਾਣ। ਦੇਖੋ ਹਰਮਨ ਜੀ, ਸਵਾਰਥ ਦੇ ਇਸ ਦੌਰ ਦੇ ਵਿੱਚ ਜੀ ਜੇ ਤਾਂ ਬੈਂਕ ਖਾਤਾ ਹੋਵੇ ਕਿਸੇ ਦਾ ਜੀ ਤਾਂ ਟੱਬਰ ਨੇ ਜੀ ਉਹਦੇ ਵਿੱਚੋਂ ਪੈਸੇ ਕਢਾ ਲੈਂਦੇ ਆ, ਪਰ ਫੇਸਬੁੱਕ ਦੇ ਖਾਤੇ ਦੇ ਵਿੱਚੋਂ ਕੱਢਣ ਨੂੰ ਕੁਛ ਨਹੀਂ ਹੁੰਦਾ, ਇਸ ਕਰਕੇ ਉਹ ਚੱਲਦਾ ਹੀ ਰਹਿ ਜਾਂਦਾ। ਫੇਸਬੁੱਕ ਦੇ ਖਾਤੇ ਚੋਂ ਕੱਢਿਆ ਵੀ ਨਹੀਂ ਜਾ ਸਕਦਾ। ਐਂਜਲ ਪ੍ਰਿਆ ਤੇ ਸਵੀਟ ਹਾਰਟ ਐਂਜਲ ਇਹੀ ਇੰਨੀਆਂ ਬਣੀਆਂ ਫਿਰਦੀਆਂ ਨੇ, ਕਰਦਿਆਂ ਨੂੰ ਨਹੀਂ ਪਤਾ ਹੁੰਦਾ, ਪਤਾ ਨਹੀਂ ਹੁੰਦਾ ਵੀ ਉਹਨੇ ਕਿਹੜੇ ਨਾਂ ਦੇ ਉੱਤੇ ਕਿਹੋ ਜੀ ਆਈਡੀ ਬਣਾਈ। ਨਹੀਂ, ਕਰਦਿਆਂ ਨੂੰ ਵੀ ਨਹੀਂ ਪਤਾ ਹੁੰਦਾ, ਸੌ ਸੁੱਖਾ ਸੁੱਕ ਕੇ ਪੁੱਤ ਲਿਆ ਸੀ ਤੇ ਉਹ ਵੀ ਫੇਸਬੁੱਕ ਤੇ ਐਂਜਲ ਪ੍ਰਿਆ ਬਣ ਕੇ ਤੁਰਿਆ ਫਿਰਦਾ, ਤੇ ਉਹ ਉਸ ਖਾਤੇ ਨੂੰ ਕਿਵੇਂ ਬੰਦ ਕਰ ਦੇਣਗੇ? ਬਿਲਕੁਲ ਤੁਹਾਡੀ ਗੱਲ ਸਹੀ ਹੈ, ਹਨਾ, ਤੁਸੀਂ ਸਿਆਣੀ ਗੱਲ ਕੀਤੀ ਹੈ, ਸ਼ੁਕਰੀਆ। ਹਾਂ, ਪਰ ਨਾ ਮੈਂ ਇਸ ਗੱਲੋਂ ਬਹੁਤ ਹੈਰਾਨ ਸੀਗਾ ਵੀ 8000 ਬੰਦਾ ਮਰ ਜਾਂਦਾ, ਉਹ ਫੇਸਬੁੱਕ ਵਰਤਨ ਕਰਕੇ ਨਹੀਂ ਮਰਦਾ। ਹਾਂ ਵੀ ਵੈਸੇ ਹੀ ਮਰ ਜਾਂਦਾ, ਜਿਨ੍ਹਾਂ ਦੇ ਖਾਤੇ ਹੁੰਦੇ ਉਹ ਵੀ ਮਰ ਜਾਂਦੇ ਇਦਾਂ। ਹਾਂ ਸੱਚੀ, ਪਰ ਮਾੜੀ ਗੱਲ ਆ ਭਾਈ, ਸਭ ਦੀ ਉਮਰ ਲੰਮੀ ਹੋਵੇ, ਫੇਸਬੁੱਕ ਦੀ ਵਰਤੋਂ ਮਨੁੱਖ ਬਣ ਕੇ ਕਰਗੇ, ਸਹੀ ਔਰਤ ਬਣ ਕੇ ਕਰਗੇ, ਐਵੇਂ ਬੰਦਾ ਬੁੜੀ ਬਣ ਕੇ ਬੁੜੀ ਬੰਦਾ ਬਣ ਕੇ ਗੱਲਾਂ ਨਾ ਕਰੇ, ਤੇ ਨਾਲੇ ਐਵੇਂ ਕਿਸੇ ਹੋਰ ਦੀਆਂ ਤਸਵੀਰਾਂ ਚੱਕ ਚੱਕ ਕੇ ਲਾ ਕੇ ਨਾ ਵਰਤੋਂ ਕਰੋ, ਜੋ ਰੱਬ ਨੇ ਤੁਹਾਨੂੰ ਸ਼ਕਲ ਦਿੱਤੀ ਹੈ ਉਹਦੀ ਪੇਸ਼ ਕਰ ਕੇ, ਨਾਲੇ ਕਦੇ ਵੀ ਤਸਵੀਰ ਦੇ ਉੱਤੇ ਜਾ ਕੇ ਫਰੈਂਡ ਰਿਕੁਐਸਟ ਨਾ ਭੇਜੋ, ਹੁੰਦਾ ਤਾਂ ਮੇਰੇ ਵਰਗਾ ਕੋਕਾ ਕੋਲਾ ਜਿਹਾ ਬੰਦਾ, ਠੀਕ ਆ, ਉਹਨੂੰ ਲਾ ਕੇ ਫਿਲਟਰ ਫੁਲਟਰ ਜਾ ਇੰਨਾ ਚਿੱਟਾ ਕੀਤਾ ਹੁੰਦਾ ਵੀ ਬੱਗੀ ਪੂਣੀ ਵਰਗਾ, ਇਹੋ ਜੀ ਕੋਈ ਗੱਲ ਨਹੀਂ ਹੁੰਦੀ। ਜਦੋਂ ਤੋਂ ਫੋਟੋਸ਼ਾਪ ਆਈ ਹੈ ਇਨਸਾਨੀਅਤ ਤੋਂ ਯਕੀਨ ਉੱਠ ਗਿਆ, ਵਾਕਈ ਉੱਠ ਗਿਆ, ਲੋਕਾਂ ਨੇ ਇੰਨਾ ਨਜਾਇਜ਼ ਫਾਇਦਾ ਚੁੱਕਿਆ। ਇਹ ਤਾਂ ਮੈਨੂੰ ਲੱਗਦਾ ਹੌਲੀ ਹੌਲੀ ਫੇਸਬੁੱਕ ਵਾਲਿਆਂ ਨੇ ਦੁਖੀ ਹੋ ਕੇ ਕਹਿਣਾ ਆਧਾਰ ਕਾਰਡ ਵਾਲੀ ਫੋਟੋ ਲਾਇਆ ਕਰੋ, ਬਿਲਕੁਲ ਸਹੀ ਗੱਲ ਹੈ, ਫਿਰ ਪਤਾ ਲੱਗੂ ਕਿ ਅਸਲੀ ਇਨਸਾਨ ਕੌਣ ਹੈ। ਤੁਸੀਂ ਆਧਾਰ ਕਾਰਡ ਵਾਲੀ ਗੱਲ ਕੀਤੀ ਹੈ ਵੀ ਜੇਕਰ ਮੰਨ ਲਓ ਵਿਅਕਤੀ ਦੀ ਮੌਤ ਹੋ ਗਈ ਜੀ, ਉਹਦੇ ਟੱਬਰ ਦੇ ਜੀ ਉਹਦੀ ਮੌਤ ਦਾ ਸਰਟੀਫਿਕੇਟ ਲੈ ਕੇ ਫੇਸਬੁੱਕ ਦੇ ਦਫ਼ਤਰ 'ਚ ਭੇਜਣ ਜੀ, ਤਾਂ ਫਿਰ ਉਹਦਾ ਖਾਤਾ ਬੰਦ ਕਰ ਦਿੰਦੇ? ਉਹ ਐਕਚੁਅਲ ਅਸਲ ਦੇ ਵਿੱਚ ਫੇਸਬੁੱਕ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਕੋਈ ਵੀ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਉਹਦਾ ਡੈਥ ਸਰਟੀਫਿਕੇਟ ਜਦੋਂ ਲੈ ਕੇ ਆਉਂਦੇ ਨੇ ਉਹਨਾਂ ਦੇ ਘਰ ਦੇ, ਤੇ ਫਿਰ ਅਸੀਂ ਉਸ ਖਾਤੇ ਨੂੰ ਮੈਮੋਰਲਾਈਜ਼ ਕਰ ਦਿੰਦੇ ਹਾਂ। ਮੈਮੋਰਲਾਈਜ਼? ਹਾਂਜੀ। ਅੱਛਾ, ਵੀ ਇਹ ਇਨਸਾਨ ਹੁਣ ਇਸ ਦੁਨੀਆਂ ਦੇ ਉੱਤੇ ਨਹੀਂ ਹੈ, ਹਨਾ, ਤੇ ਇਹ ਪਰ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਬਹੁਤਿਆਂ ਨੂੰ, ਨਾਲੇ ਫੇਸਬੁੱਕ ਖਾਤੇ ਨੂੰ ਕੋਈ ਇੰਨਾ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ, ਤੇ ਇਸ ਲਈ ਇਹ ਚੱਲਦੇ ਹੀ ਰਹਿੰਦੇ ਨੇ। ਇਹ ਅਸਲ ਤੁਸੀਂ ਮੇਰੀ ਵਧੀਆ ਜਾਣਕਾਰੀ 'ਚ ਵਾਧਾ ਕੀਤਾ, ਧੰਨਵਾਦ, ਸ਼ੁਕਰੀਆ। ਹਰਮਨ ਜੀ, 10 ਸਾਲ ਬਾਅਦ ਬਿੱਲੀ ਲੱਭੀ ਹੈ, ਬਿੱਲੀ ਦਾ ਨਾਂ ਹੈ ਲਿੱਲੀ। ਉਹ ਤੇਰੀ ਕਿੱਥੋਂ ਲੱਭੀ ਹੈ? ਇਹ ਬਰਤਾਨੀਆ ਦੀ ਇੱਕ ਔਰਤ ਆ, ਅਲੈਗਜ਼ੈਂਡਰ। ਅੱਛਾ, ਉਹਦੀ ਬਿੱਲੀ ਗਵਾਚ ਗਈ ਸੀ। ਅੱਛਾ, 2009 ਦੇ ਵਿੱਚ। ਤੇ ਇੰਨੀ ਦੇਰ ਰਹੀ ਕਿੱਥੇ ਬਿੱਲੀ ਨੂੰ ਪੁੱਛੋ ਚਪੇੜਾ ਮਾਰ ਕੇ? ਜੇ ਤੁਸੀਂ ਨਾ ਬੋਲੋ ਮੇਰੀ ਗੱਲ ਪੂਰੀ ਹੋ ਲੈਣ ਦਿਓ, ਸ਼ਾਇਦ ਤੁਹਾਨੂੰ ਪਤਾ ਲੱਗ ਜੇ। ਪਰ ਕਿਉਂਕਿ ਆਪਾਂ ਵਿਚਾਲੇ ਟੰਗ ਡਾਉਣੀ ਡਾਉਣੀ ਆ, ਮੈਨੂੰ ਉਤਸੁਕਤਾ ਇੰਨੀ ਜ਼ਿਆਦਾ ਸੀ, ਮੈਂ ਕਿਹਾ ਮੈਂ ਪਹਿਲਾਂ ਜਾਣ ਲਵਾਂ ਵੀ ਬਿੱਲੀ ਗਈ ਕਿੱਥੇ। 2009 ਦੇ ਵਿੱਚ ਬੀਬੀ ਅਲੈਗਜ਼ੈਂਡਰਾ ਜੀ ਦੀ ਬਿੱਲੀ ਗਵਾਚ ਗਈ, ਲਿੱਲੀ। ਅੱਛਾ, ਉਹ ਬਿੱਲੀ ਨਾਲ ਕਰਦੀ ਸੀ ਬਹੁਤ ਪਿਆਰ, ਬਿੱਲੀ ਨੂੰ ਨਵਾਉਂਦੀ ਸੀ, ਬਿੱਲੀ ਦਾ ਪੂਰਾ ਪਾਲਣ ਪੋਸ਼ਣ ਕਰਦੀ ਸੀ, ਰੱਖੀ ਸੀ ਤਾਂ ਕਰਨਾ ਹੀ ਪੈਣਾ ਸੀ, ਅੱਗੇ ਵਧੋ। ਗੱਲ ਮੇਰੀ ਪੂਰੀ ਨਹੀਂ ਹੋਈ ਹਲੇ ਵੀ। ਲਓ ਜੀ, ਅਚਾਨਕ ਇੱਕ ਦਿਨ ਬੀਬੀ ਜੀ ਦੀ ਬਿੱਲੀ ਗਵਾਚ ਗਈ। ਅੱਛਾ, ਲਿੱਲੀ ਗਵਾਚ ਗਈ, ਬਿੱਲੀ ਹੀ ਲਿੱਲੀ ਹੈ। ਲਓ ਜੀ, ਬੀਬੀ ਜੀ ਨੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪੋਸਟਰ ਲਾਏ ਵੀ ਮੇਰੀ ਲਿੱਲੀ ਬਿੱਲੀ ਕਿੱਥੇ ਹੈ, ਠੀਕ ਆ, ਪਰ ਨਾ ਲੱਭੀ। ਉਸ ਤੋਂ ਬਾਅਦ ਉਹਨੇ ਅਖਬਾਰਾਂ ਦੇ ਵਿੱਚ ਵੀ ਕਢਵਾਇਆ ਕਿਉਂਕਿ ਪਿਆਰ ਬਾਲਾ ਕਰਦੀ ਸੀ ਬਿੱਲੀ ਲਿੱਲੀ ਨੂੰ, ਠੀਕ ਆ। ਲਓ ਜੀ, ਕਿਤੇ ਨਹੀਂ ਲੱਭੀ। ਅੱਛਾ, ਹੁਣ ਅਚਾਨਕ ਉਹਨੂੰ ਇੱਕ ਦਿਨ ਫੋਨ ਆਇਆ 10 ਵਰਿਆਂ ਬਾਅਦ, ਯਾਨੀ ਕਿ 2019 ਦੇ ਵਿੱਚ ਪਿਛਲੇ ਦਿਨੀ, ਵੀ ਤੁਹਾਡੀ ਬਿੱਲੀ ਲੱਭ ਗਈ ਆ, ਜਿਹਦਾ ਨਾਂ ਹੈ ਲਿੱਲੀ। ਜਿਹਦਾ ਨਾਂ ਹੈ ਲਿੱਲੀ, ਤੇ ਔਰਤ ਗਈ ਭੱਜੀ ਭੱਜੀ, ਉਹ ਤੇਰੀ, ਤੇ ਉਹ ਬਹੁਤ ਹੈਰਾਨ ਵੀ ਭਾਈ ਮੇਰੀ ਲਿੱਲੀ ਬਿੱਲੀ ਕਾਲੇ ਰੰਗ ਦੀ ਇਹ ਹੈਗੀ ਆ ਜੇ ਜਿਉਂਦੀ ਆ। ਉਹਨੇ ਤਾਂ ਜੀ ਭਾਈ ਖੁਸ਼ੀ ਦੇ ਵਿੱਚ ਬਹੁਤ ਵੱਡੀ ਪਾਰਟੀ ਕੀਤੀ ਆ। ਅੱਛਾ, ਉਹਨੇ ਤਾਂ ਜੀ ਆਪਦੇ ਪੂਰੇ ਮਨ ਦੇ ਬਲਬਲੇ ਸਾਂਝੇ ਕੀਤੇ ਆ। ਅੱਛਾ, ਉਹ ਕਹਿੰਦੀ ਮੈਂ ਇਸ ਗੱਲੋਂ ਹੈਰਾਨ ਆ ਵੀ ਹਰ ਰੋਜ਼ ਬਿੱਲੀ ਮੇਰੇ ਘਰ ਦੇ ਮੂਰ ਦੀ ਲੰਘਦੀ ਸੀ, ਪਰ ਮੈਂ ਕਦੇ ਦੇਖੀ ਨਹੀਂ, ਮੈਂ ਕਦੇ ਪਛਾਣੀ ਨਹੀਂ, ਕਿਉਂਕਿ ਬਿੱਲੀ ਨੂੰ ਜਿਹੜੇ ਬੰਦੇ ਨੇ ਰੱਖ ਲਿਆ ਸੀ ਉਹ ਹਰ ਰੋਜ਼ ਤਾਂ ਉਧਰ ਦੀ ਸੈਰ ਕਰਨ ਜਾਂਦਾ ਸੀਗਾ, ਤੇ ਫਿਰ ਉਹਨੇ ਬਿੱਲੀ ਲਿੱਲੀ ਪਛਾਣੀ ਕਿਉਂ ਨਹੀਂ? ਕਿਤੇ ਨਿਗਾਹ ਨਹੀਂ ਨਾ ਪਈ? ਤੇ ਲਿੱਲੀ ਨੂੰ ਤਾਂ ਪਤਾ ਸੀ ਵੀ ਮੇਰੀ ਮਾਲਕਣ ਦਾ ਘਰ ਆ, ਉਹ ਕਿਉਂ ਨਾ ਗਈ? ਤੇ ਲਿੱਲੀ ਹੀ ਕਹਿੰਦੀ ਵੀ ਆ ਜਾ ਅਲੈਗਜ਼ੈਂਡਰ ਉਰੇ ਆ। ਨਹੀਂ, ਹੁਣ ਜਿਵੇਂ ਦੇਖੋ ਕੁੱਤਾ ਵਫਾਦਾਰ ਜਾਨਵਰ ਹੈ, ਕੁੱਤਾ ਜੇਕਰ ਕਿਤੇ ਗਵਾਚ ਜਾਵੇ ਹੈ ਨਾ, ਤੇ ਉਹ ਦੁਬਾਰਾ ਆਪਣੇ ਮਾਲਕ ਦੇ ਘਰ ਦੇ ਬਾਹਰ ਆ ਕੇ ਬਹਿ ਜਾਂਦਾ, ਤੇ ਲਿੱਲੀ ਨੂੰ ਇੰਨੀ ਅਕਲ ਨਾ ਆਈ? ਤੇ ਜੇ ਗੱਲ 'ਚ ਪਟਾ ਹੀ ਪਾਈ ਰੱਖੂ ਤਾਂ ਲਿੱਲੀ ਵਿਚਾਰੀ ਕੀ ਕਰੇ? ਤੇ ਫਿਰ ਜਿਹਨੂੰ ਇਹ 10 ਸਾਲ ਲਈ ਪਟਾ ਪਾਤਾ ਉਹਨੂੰ ਦੁਬਾਰਾ ਪਟਾ ਨਾ ਪਊ, ਐਵੇਂ ਪਾਰਟੀ ਤੇ ਪੈਸੇ ਉਹਨੇ ਖਰਾਬ ਕਰ ਦਿੱਤੇ। ਉਹਦੇ ਬੰਦੇ ਬਲਬਲੇ ਸੀ,
ਦੇਖੋ ਇਹਦੇ ਨਾਲ ਕੋਈ ਕੁੱਤਾ ਰੱਖ ਦੀ, ਕੁੱਤਾ ਵਿਸ਼ਵਾਸ ਪਾਤਰ ਹੁੰਦਾ, ਕੁੱਤਾ ਜਿਹੜੇ ਘਰ ਦਾ ਖਾਂਦਾ ਉਸ ਘਰ ਦਾ ਹੋ ਕੇ ਰਹਿ ਜਾਂਦਾ, ਉਹਨੇ ਜ਼ਰੂਰ ਘਰ ਦੇ ਬਾਹਰ ਆ ਕੇ ਬਹਿ ਜਾਣਾ ਸੀ। ਲਿੱਲੀ ਵਫਾਦਾਰ ਨਹੀਂ ਹੈਗੀ, ਮੈਂ ਤੁਹਾਨੂੰ ਦੱਸਾਂ ਇਹੋ ਜਿਹੀ ਬਿੱਲੀ ਤੇ ਵਿਸ਼ਵਾਸ ਨਾ ਕਰੋ। ਖਬਰ ਨੂੰ ਐਸਾ ਕੱਦੂਕਸ ਕੀਤਾ ਮੇਰੀ ਨੂੰ ਇਹਨਾਂ ਨੇ, ਜਿਹੜੀ 10 ਸਾਲ ਬਾਹਰ ਲੈ ਆਈ ਹੁਣ ਰਹਿ ਜੂਗੀ ਤੁਹਾਡੇ ਕੋਲੇ। ਲੈ ਲਓ ਫੜ ਲਓ ਪੁੱਛ, ਕਦੇ ਨਹੀਂ ਰਹਿ ਸਕਦੀ 10 ਸਾਲ, ਜਿਹੜੀ ਬਾਹਰ ਰਹਿ ਗਈ ਉਹ 10 ਸਾਲ ਵਾਲਿਆਂ ਦੀ ਰਹਿ ਗਈ। ਤੁਸੀਂ ਨਾ ਸਮਾਪਤੀ ਕਰ ਦਿਓ, ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਮੇਰਾ ਸਨਮਾਨ ਕੀਤਾ ਲਿੱਲੀ ਬਿੱਲੀ ਕਰਕੇ, ਮੇਰੀ ਖਬਰ ਦਾ ਜਿਵੇਂ ਕੁਤਰਾ ਕਰਤਾ, ਇਹਦੀ ਸਮਾਪਤੀ ਹੀ ਚਾਹੀਦੀ ਹੈ। ਤੁਸੀਂ ਇੰਨੇ ਦੁਖੀ ਕਿਉਂ ਹੋ ਰਹੇ? ਲਿੱਲੀ ਤੁਹਾਡੀ ਬਿੱਲੀ ਨਹੀਂ ਹੈ। ਭਾਵੇਂ ਮੇਰੀ ਨਹੀਂ ਹੈ, ਮੈਨੂੰ ਤਾਂ ਅਲੈਗਜ਼ੈਂਡਰਾ ਵੀ ਨਹੀਂ ਜਾਣਦੀ। ਤੁਹਾਡੇ ਲਈ ਕਿੰਨੀ ਮਾੜੀ ਗੱਲ ਆ, ਕਦੀ ਕੱਟੇ ਦੀ ਖਬਰ ਤਾਂ ਸਾਂਝੀ ਨਹੀਂ ਕੀਤੀ, ਲਿੱਲੀ ਬਿੱਲੀ ਦੀਆਂ ਖਬਰਾਂ ਸਾਂਝੀਆਂ ਕਰਦੇ ਤੁਸੀਂ। ਵਾਹ, ਇੰਨਾ ਵਿਤਕਰਾ, ਮੈਂ ਜ਼ਰੂਰ ਇਹ ਗੱਲ ਜਿਹੜੀ ਹੈ ਉਹ ਅੱਗੇ ਤੱਕ ਲੈ ਕੇ ਜਾਊਂਗੀ। ਇਹ ਨਹੀਂ ਜੀ ਉਹ ਮਹਾਨ ਪੱਤਰਕਾਰ ਜਿਨ੍ਹਾਂ ਨੇ ਕਿਸੇ ਦੀ ਲਿੱਲੀ, ਕਿਸੇ ਦੀ ਬਿੱਲੀ, ਕਿਸੇ ਦੀ ਅਲੈਗਜ਼ੈਂਡਰਾ ਨੂੰ ਨਹੀਂ ਬਖਸ਼ਿਆ। ਚਲੀ ਸਮਾਪਤੀ ਕਰੋ। ਹਾਂ, ਸਾਡੇ ਜਾਣ ਦਾ ਵੇਲਾ ਹੋ ਗਿਆ, ਅਸੀਂ ਹੁਣ ਚੱਲਦੇ ਹਾਂ। ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਇਓ, ਕੱਲ੍ਹ ਨੂੰ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ। ਤਦ ਤੱਕ ਦੇ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।